ਸਿਆਈਏ ਦੇ ਮੂੰਹ ਖੋਲਦੇ ਹੋ, ਅੱਛਾ ਟੇਕਾ ਬਣਦੇ ਹੋ, ਬਣਤੀਆਂ ਚਾਚਾ ਨੇ ਜਲਬਾ ਤੇਰਾ ਪੇੜਾ ਤਰਜੇ ਉਹ ਪਰਾਠੇ ਵਾਲੇ ਕੋਲ ਲੈ ਗਿਆ ਸੀ, ਉੱਥੇ ਵੀ ਵੇਖ ਕੇ ਆਇਆ ਕੋਈ ਨਹੀਂ ਹੈਗਾ। ਪਿਛਲੀ ਗਲੀ 'ਚ ਗਿਆ? ਪਿਛਲੀ ਗਲੀ 'ਚ ਮੈਂ ਨਹੀਂ ਜਾਂਦਾ। ਕਿਉਂ? ਗੁਨਾਹ ਹੁੰਦਾ। ਨਹੀਂ, ਅਗਲੀ ਗਲੀ 'ਚ ਜਾਣਾ ਸੀ। ਮੇਰੇ ਕੋਲ ਪੈਸੇ ਨਹੀਂ ਗਏ। ਨਹੀਂ, ਕੀ ਬੋਲੀ ਜਾ ਰਹੇ, ਮੇਰਾ 100 ਰੁਪਇਆ ਵਾਪਸ ਕਰ। ਓ ਚਾਚੀ, ਓ ਬੋਈ, ਓਏ ਲੱਭਾ ਹੀ ਚਾਚਾ। ਨਹੀਂ, ਮੈਂ ਤੁਹਾਡਾ ਪੇੜਾ ਤਰਜੇ, ਪੈਸੇ ਵਾਪਸ ਕਰੋ ਮੇਰਾ। ਕਿਹੜੇ ਪੈਸੇ ਵਾਪਸ? 100 ਮੇਰੇ ਕੋਲੋਂ ਲੱਭਣ ਨਹੀਂ ਲੈ ਕੇ ਗਏ ਸੀ। ਮੈਂ ਕਿਹਾ ਲੱਭੇਗਾ ਤਾਂ 100 ਰੁਪਇਆ ਨਾ ਲੱਭੇਗਾ ਤਾਂ 1000 ਰੁਪਇਆ। ਓ 200 ਦਾ ਲੱਤਾਂ 'ਚ ਤੇਲ ਪਵਾ ਲਿਆ। ਤੇਰੀ ਲੱਤਾਂ ਹੀ ਪਾਉਂਦੇ ਨਹੀਂ। ਕਹਿੰਦਾ 200 ਦਾ ਲੱਤਾਂ 'ਚ ਤੇਲ ਪਵਾ ਲਿਆ, ਤੇਲ ਲੱਤਾਂ 'ਚ ਪੈਂਦਾ। ਚਾਚੀ, ਚਾਚੇ ਨੂੰ ਲੱਭ ਕੇ ਲਿਆਓ। ਲਾ ਤਾਂ ਲੜਾ ਚਾਚੀ, ਚਾਚੀ ਤੇਰੀ ਸਿਹਤ ਦੱਸ ਨਹੀਂ ਕਿ ਤੂੰ ਕੋਈ ਹੋਰ ਬੰਦਾ ਅਰੇਂਜ ਕਰ ਲੈ। ਬਕਵਾਸ। ਚਾਚੀ ਚਾਚੀ ਮੇਰੀ ਗੱਲ ਸੁਣ ਲਾ। ਚਾਚੀ ਚਾਚਾ ਤੇ ਮਿਲਣ ਵਾਲੇ ਕਿ ਐਸੀ ਖੁਸ਼ ਖਬਰੀ ਲੈ ਕੇ ਆਇਆ। ਕਿਹੜੀ? ਕਿ ਪਾਕਿਸਤਾਨ ਦੀਆਂ ਟੈਨਸ਼ਨਾਂ ਖਤਮ। ਅੱਛਾ ਜੀ। ਹਾਂਜੀ, ਕੀ ਟੈਨਸ਼ਨਾਂ ਖਤਮ? ਗਵਰਨਮੈਂਟ ਨੇ ਐਲਾਨ ਕੀਤਾ ਕਿ ਹੁਣ ਸ਼ਾਦੀਸ਼ੁਦਾ ਜੋੜੇ ਬੱਚੇ ਪੈਦਾ ਨਹੀਂ ਕਰਨਗੇ। ਕੀ ਕਰਨਗੇ? ਬਿਜਲੀ ਪੈਦਾ ਕਰਨਗੇ। ਸਹੀ ਗੱਲ ਹੈ, ਬੱਤੀ ਇੰਨੀ ਜਾਨ ਲੱਗ ਪਈ ਭਾਵੇਂ ਤੁਹਾਨੂੰ ਦੱਸ ਨਹੀਂ ਸਕਦਾ। ਇਹ ਹਜ਼ਰਤ ਲਾਮਾ ਇਕਬਾਲ ਸਾਹਿਬ ਨੇ 20 ਸਾਲ ਲਾ ਕੇ ਸੁੱਤੀ ਕੌਮ ਨੂੰ ਜਗਾਇਆ। ਇਹ ਹਾਨਾ ਖਿਲਾਫ ਵਾਰਤਾ ਵਾਲੇ ਹਰ ਘੰਟੇ ਬਾਅਦ ਜਗਾਈ ਜਾਂਦੇ। ਬੇੜਾ ਗਰਕ ਹੋਵੇ ਨਿਜ਼ਾਮ ਤੇ ਇੰਨੇ ਛੱਡ ਦਿਓ ਭਾਈ ਜੀ, ਡਿੱਗ ਪੈਂਦਾ, ਦਵਾਈ ਖਵਾਉਣੀ ਸੀ। ਹਾਂਜੀ, ਨਿਜ਼ਾਮ ਤੇ ਇੰਨੇ ਖਰਾਬ ਹੋ ਗਏ ਨੇ ਚਾਚੀ। ਕਿਹੜੇ? ਮੈਨੂੰ ਤੇ ਲੱਗਦਾ ਆਉਣ ਵਾਲੇ 10 ਸਾਲ ਬਾਅਦ ਸਾਰਾ ਨਿਜ਼ਾਮ ਹੀ ਚੇਂਜ ਹੋਏਗਾ। ਉਹ ਕਿਵੇਂ? ਆ ਮੈਟ੍ਰਿਕ ਦੇ ਪੇਪਰ ਨਹੀਂ ਹੁੰਦੇ, ਇਹਨਾਂ ਨੂੰ ਸਵਾਲ ਹੀ ਬੜੇ ਅਜੀਬ ਕਿਸਮ ਦੇ ਆਉਣੇ। ਪਹਿਲਾ ਸਵਾਲ ਹੋਣਾ ਇਹ ਬਤਾਈਏ, ਬਿਜਲੀ ਪਾਕਿਸਤਾਨ ਕੇ ਕਿਨ ਸ਼ਹਿਰੋਂ ਮੇ ਪਾਈ ਜਾਤੀ ਹੈ? ਸਵਾਲ ਨੰਬਰ 2, ਚੀਨੀ ਕਾ ਜ਼ਾਇਕਾ ਕੈਸਾ ਹੋਤਾ ਹੈ? ਸਵਾਲ ਨੰਬਰ 3, ਅੰਜੁਮਨ ਸ਼ਹਜ਼ਾਦੀ ਇੱਕ ਰੱਕਾ ਸਾਥੀ ਜਾਂ ਫਾਸ਼ਾ ਮੁਫਸਲ ਨੋਟ ਲਿਖੇ? ਸਵਾਲ ਨੰਬਰ 4, ਨਮਰੂਦ ਫਿਰਾਉਨ ਔਰ ਸ਼ੇਖ ਰਸ਼ੀਦ ਕੇ ਬਾਰੇ ਮੇ ਫਰਕ ਬਤਾਈਏ। ਸਭ ਚੇਂਜ ਹੋ ਜਾਣਾ ਹੈ, ਐਵਰੀਥਿੰਗ ਹੈਜ਼ ਬੀਨ ਚੇਂਜ। ਸਵਾਲ ਨੰਬਰ 5, ਇਸਕੀ ਅਮੀ ਹੀਰਾ ਮੰਡੀ ਕੀ ਸੀ ਜਾਂ ਘਰੇਲੂ ਮੁਸੱਸਤ ਹੋ ਦਿਖੇ? ਹਾਂ ਬੇ, ਬਕਵਾਸ ਬੰਦ ਕਰੋ ਬੇ, ਕੰਨੀ ਮਤ ਆਂ ਤੇਰਾ ਸੋਹੀ ਪੇੜਾ ਤੱਜ ਵੇ, ਜਿਹੜੀ ਜਗ੍ਹਾ ਤੂੰ ਲੱਭਣ ਦਿਆ ਮੇਰੇ ਕੋਲ ਹੀ ਵੇ। ਜੀ ਬੱਬਾ ਜੀ, ਚਾਚਾ ਲੱਭਿਆ ਕਿ ਨਹੀਂ? ਉਹ ਗੋਲੀ ਮਾਰ ਚਾਚੇ ਨੂੰ ਵੇ, ਗੋਲੀ ਵਜਾ ਤੈਨੂੰ, ਤੇਰੇ ਅਗਲੇ ਨੂੰ, ਪਿਛਲੇ ਨੂੰ, ਤੇਰੇ ਪੂਰੇ ਖਾਨਦਾਨ ਨੂੰ। ਚਾਚੇ ਦੀ ਗੱਲ ਕਰਨ ਨਹੀਂ ਆ, ਤੈਨੂੰ ਜਦੋਂ ਕੋਈ ਜ਼ਰੂਰਤ ਆਵੇ ਮੈਨੂੰ ਸੱਦ ਲਿਆ ਕਰ। ਕਰ ਏ, ਇਹਦਾ ਤੂੰ ਮੇਰੀ ਹੈ, ਮੇਰਾ ਕਾਦੀ ਛੋਟਾ ਹੈ, ਮੇਰੀਆਂ ਲੱਤਾਂ ਬਾਵਾ ਠੀਕ ਨੇ। ਅੱਛਾ ਜੀ, ਤੇ ਮੈਂ ਗੋਲੀ ਵਜਾ ਚਾਚੇ ਨੂੰ ਮੈਂ ਕਦੀ ਆਪਣਾ ਪਿਓ ਨਹੀਂ ਵੇਖਿਆ। ਤੇ ਇਹ ਵੇਖੋ, ਤੂੰ ਮੇਰਾ ਸਾਲਾ ਏ, ਉਹ ਕਾਲਾ ਏ, ਤੂੰ ਮੇਰਾ ਸਾਲਾ, ਅੱਖਾਂ ਤੇ ਖੋਲ ਸਾਲਿਆ, ਤੂੰ ਭੈਣ ਦੀ ਫੋਟੋ ਵਿਖਾਉਣੀ ਆ? ਦੁਰ ਦੁਰ ਤਮੀਜ਼ ਦੇ ਨਾਲ ਰਹਿ, ਕੋਈ ਅੱਛਾ ਸ਼ੇਰ ਸੁਣਾ। ਸੋਹਣੇ ਸ਼ੇਰ ਸੁਣ ਲਾ, ਇੱਥੇ ਆ ਕੇ ਜ਼ਰਾ ਚੱਲ। ਕਹਿੰਦਾ ਕੱਟੇ ਕੱਟੇ ਤਾਂ ਗਾਵਾਂ ਗਾਵਾਂ ਹੁੰਦੀਆਂ ਨੇ, ਕੱਟੇ ਕੱਟੇ ਤਾਂ ਗਾਵਾਂ ਗਾਵਾਂ ਹੁੰਦੀਆਂ ਨੇ, ਇਸ਼ਕ ਦੀਆਂ ਅੱਖੀਆਂ ਰਾਵਾਂ ਹੁੰਦੀਆਂ ਨੇ। ਰੱਬ ਦੀ ਕਸਮ, ਪੂਰਾ ਜੱਗ ਫਿਰ ਕੇ ਵੇਖ ਲਿਆ, ਮਾਵਾਂ ਮਾਵਾਂ ਹੀ ਹੁੰਦੀਆਂ ਨੇ। ਅਦਬੀ ਸ਼ੇਰ ਤੁਹਾਨੂੰ ਮੈਂ ਸੁਣਾਉਣਾ। ਅਦਬੀ ਸ਼ੇਰ ਹੈ, ਨਾ ਕਲਮ ਮੇ ਤਾਕਤ ਹੈ ਨਾ ਕਾਗਜ਼ ਕਾਮ ਦੇਤਾ ਹੈ, ਨਾ ਕਲਮ ਮੇ ਤਾਕਤ ਹੈ ਨਾ ਕਾਗਜ਼ ਕਾਮ ਦੇਤਾ ਹੈ, ਮੈਂ ਜਿਸ ਕੇ ਪਾਸ ਜਾਤਾ ਹੂੰ ਵੋ ਤੇਰਾ ਹੀ ਨਾਮ ਲੇਤਾ ਹੈ। ਦੋ ਨੰਬਰ ਤੇ ਨਹੀਂ, ਮੈਂ ਤੇਰੀ ਮਾਂ ਤੇ ਨਹੀਂ। ਚਾਚੀ ਆਪੇ ਇੱਕ ਸ਼ੇਰ ਆਇਆ, ਬੱਪਾ ਸ਼ਬਾਸੂ ਆਪਣੀ ਕਿਤਾਬ ਮੈਂ ਔਰ ਜਿਸਮਾਨੀ ਕਾਰਕਰਦਗੀਆਂ ਮੈਂ ਲਿਖਤੀ ਹੈ, ਇਹਨਾਂ ਉੱਤੇ ਬਾਬੇ ਬੁੱਲੇ ਸ਼ਾਹ ਸਰਕਾਰ ਲਿਖਦੇ ਨੇ। ਕੀ? ਸ਼ਾਬਾਸ਼। ਕਹਿੰਦੇ ਨੇ, ਛੱਡ ਰਨਾ ਦੀ ਯਾਰੀ ਨੂੰ, ਵਾਹ, ਛੱਡ ਰਨਾ ਦੀ ਯਾਰੀ ਨੂੰ, ਇੱਥੇ ਦੋ ਦੋ ਯਾਰ ਬਣਾ ਲੈਂਦੀਆਂ, ਇੱਥੇ ਖੂਨ ਜਿਗਰ ਦਾ ਪੀ ਲੈਂਦੀਆਂ, ਇਹ ਹੱਥੀ ਯਾਰ ਮਰਵਾ ਦਿੰਦੀਆਂ। ਵਾਹ, ਉਹ ਬੰਦਾ ਕਿਹਾ ਸੱਤਿਆ ਛੱਡ ਵੀ ਦੇਵੇ, ਇੱਥੇ ਫੁੱਲ ਤਵੀਤ ਕਰਾ ਲੈਂਦੀਆਂ, ਔਰ ਨਾ ਹੋਣ ਅਸਲੀ ਨਸਲ ਦੀਆਂ, ਬੁੱਲੇ ਸ਼ਾਹ ਜਿਹਾ ਪੀਰ ਮਨਾ ਲੈਂਦੀਆਂ। ਮੇਰੀ ਗੱਲ ਸੁਣ, ਮੇਰਾ ਤਾਂ ਦਿਲ ਘਟਦਾ ਪਿਆ। ਜਬ ਭੀ ਕੁੱਟ ਕੇ ਜੇ ਪਾਵੇ ਇੱਕ ਵਾਰ ਗੁਜਰਾ।
ਜਾਣ ਦਿਓ ਹਾਜੀ ਸਾਹਿਬ, ਉਸਾਮਾ ਵੀ ਮਰ ਗਿਆ ਹੁਣ ਤੇ। ਹਾਂ ਜੀ ਬੀਬੀ ਸਾਹਿਬਾ, ਕਾਹਦਾ ਰੌਲਾ ਪਾਇਆ ਜੇ, ਕਿਉਂ ਸਾਰਾ ਘਰ ਸੀਟ ਤੇ ਚੁੱਕਿਆ ਜੇ, ਕਾਹਦੇ ਲਈ ਮੱਲਾ ਇਕੱਠਾ ਕੀਤਾ ਹੋਇਆ ਜੇ? ਤੇਰਾ ਪੇੜਾ ਤਰਜੇ ਖਾਨਾ ਖਰਾਬ ਹੈ, ਰਾਤ ਦਾ ਮੇਰਾ ਬੰਦਾ ਲੜ ਕੇ ਗਿਆ। ਹਾਂ ਤੂੰ ਸੁਰਖੀ ਪਾਊਡਰ ਲਾ ਕੇ ਫਿਰੀ ਜਾਣ ਨਹੀਂ ਹੈ, ਸੁਰਖੀ ਪਾਊਡਰ ਲਾ ਕੇ ਫਿਰਨ ਦੀ ਹੈ ਮੇਰੀ ਗੱਲ ਸੁਣ। ਵੇਖੋ ਬਾਬੇ ਦੇ ਗਵਾਚਣ ਦੀ ਖੁਸ਼ੀ ਤੇ ਮੈਂ ਸੁਰਖੀ ਪਾਊਡਰ ਲਾਇਆ, ਨਾ ਤਿਆਰ ਹੋਈਆਂ। ਓ ਚਾਚਾ ਦੇ ਗਵਾਚਣ ਦੀ ਖੁਸ਼ੀ ਚ ਨਾ ਤਿਆਰ ਹੋਈਏ, ਤੇ ਜੇ ਚਾਚਾ ਮਰ ਗਿਆ ਫਿਰ ਤੇ ਹਲੋ ਲਾ ਲਾ ਲਾ। ਮੇਰੀ ਗੱਲ ਸੁਣ ਲੈ ਗਿਆ। ਹਲੋ ਕੋਈ ਇਹਨੂੰ ਅੰਦਰ ਭੇਜੋ ਤੇ ਕਰਾਨ ਗਿਆ ਕਿ ਨਹੀਂ? ਕੀ ਇਹਨੂੰ ਅੰਦਰ ਭੇਜੋ? ਇਹਨੂੰ ਕਿਉਂ ਭੇਜੀ? ਇਹਨੂੰ ਅੰਦਰ ਭੇਜ ਦਿਓ, ਗਵਰਨਮੈਂਟ ਉਹਦੇ ਥੜੇ ਤੋੜਨ ਦਈ ਜੇ। ਬਕਵਾਸ ਨਾ ਕਰੋ। ਹਾਂਜੀ ਤੇ ਜਾ ਕੇ ਕੋ ਪਤਾ ਕਰੋ, ਸ਼ੀਦਾ ਐਲਾਨ ਕਰਾ ਗਿਆ ਮਸਜਿਦ ਵਿੱਚ ਕਿ ਨਹੀਂ? ਬੀਬੀ ਜੀ ਸਵੇਰ ਦਾ ਸ਼ੀਦਾ ਐਲਾਨ ਕਰਾਣੀ ਗਿਆ ਮਸਜਿਦ। ਸਵੇਰ ਦਾ ਗਿਆ ਤਾਂ ਹਲੇ ਤੱਕ ਪਤਾ ਹੀ ਕੋਈ ਨਹੀਂ, ਅਜੇ ਤਾਂ ਵੇਲੋ ਨਹੀਂ ਆਇਆ। ਵੇ ਜਾ ਵੇ ਵੇਖੋ ਮਰੋ, ਐਲਾਨ ਹੋਏਗਾ ਤੇ ਤਾਂ ਹੀ ਹੈ ਨਾ। ਵੇ ਹਾਂ ਕੀ ਅੱਜ ਤੂੰ ਬੜੀ ਸੁਰਖੀ ਲਾਈ ਹੈ, ਖੈਰ ਹੀ? ਮੈਂ ਜ਼ਰਾ ਕ੍ਰਿਕਟ ਟੀਮ ਦਾ ਬਰੈਟਲੀ ਬਣਿਆ, ਤੁਸੀਂ ਇਹ ਵੇਖੋ ਆਈ ਆਈ ਇਹ ਤੇ ਗਾਣਾ ਲੱਗਾ ਜੱਫੀ ਘੁੱਟ ਕੇ ਜੇ ਭਾਵੇਂ ਇੱਕ ਵਾਰ ਗੁਜਰਾ, ਇਹ ਜੱਫੀ ਘੁੱਟ ਕੇ ਜੇ ਭਾਵੇਂ ਇੱਕ ਵਾਰ ਗੁਜਰਾ। ਚਲੋ ਠੀਕ ਹੈ, ਐਲਾਨ ਕਰਾਓ ਜਾ ਹਜ਼ਰਤ, ਇੱਕ ਜ਼ਰੂਰੀ ਐਲਾਨ ਸਮਾਜ ਸਰਮਾਈਏ। ਬਾਬਾ ਆਲਮ ਆਫਤਾਬ ਕਾ ਸਸਰ ਕਜ਼ਾਈ ਲਾਈ ਸੀ ਫੌਤ ਹੋ ਗਏ ਹੈ। ਬਾਬਾ ਜੀ ਫੌਤ ਨਹੀਂ ਹੋਏ, ਗੁਆਚ ਗਏ ਨੇ, ਗੁਆਚ ਗਏ ਨੇ, ਮਾਫ ਕੀਜੀਏਗਾ, ਫੌਤ ਨਹੀਂ ਹੋਏ, ਗੁਆਚ ਗਏ ਨੇ। ਜਿਨ ਸਾਹਿਬ ਕੋ ਮਿਲੇ ਬਰਾਏ ਮਿਹਰਬਾਨੀ ਉਹਨੇ ਉਨਕੇ ਘਰ ਪਹੁੰਚਾ ਦੇ, ਸ਼ੁਕਰੀਆ ਚੈਣੇ ਹੋ। ਬਸ ਠੀਕ ਹੈ, ਐਲਾਨ ਹੋ ਗਿਆ, ਮਿਲ ਜਾਣਗੇ। ਆ ਗਿਆ ਫੀਨਿਆ ਬਗੈਰ ਤਾਂ ਕਰਾਇਆ ਐਲਾਨ ਕਰਾਇਆ ਬਾਬਾ ਲਾ, ਮੈਂ ਐਲਾਨ ਕਰਾਇਆ ਵਾ ਬਾਬਾ ਲੱਭ ਜਾਏਗਾ, ਫਿਕਰ ਨਾ ਕਰੋ। ਅੱਛਾ ਤੋ ਲੱਭੇਗਾ, ਰਾਤ ਦਾ ਲੜਕੇ ਕੀ ਹੈ? ਨਹੀਂ ਆਪਣਾ ਗੱਲ ਕੀ ਹੋਈ ਸੀ? ਜਾਓ ਯਾਰ ਅਸੀਂ ਚਲੇ ਜਾਂਦੇ, ਪਤਾ ਨਹੀਂ ਕੋਈ ਮਸਲਾ ਦੱਸ ਰਹੀ ਕਿ ਵੀ ਕੀ ਕਿਵੇਂ ਬੈਠੇ। ਤੁਸੀਂ ਜਾਓ, ਮੈਂ ਪੁੱਛ ਲੈਣਾ। ਜਾਓ ਤੁਸੀਂ ਠੀਕ ਪੁੱਛ ਕੇ ਸਾਹਮਣੇ। ਆਹੋ ਮੈਂ ਕਿਹਾ ਆਪਣਾ ਬੀਬੀ ਜੀ ਗੱਲ ਕੀ ਹੋਈ ਸੀ? ਹੋਣਾ ਕੀ ਹੈ, ਬੇੜਾ ਗਰਕ ਹੋਵੇ ਐਸੇਸੀ ਦਾ, ਬੇੜਾ ਗਰਕ ਹੋਵੇ ਤੇਰਾ। ਏਸੀ ਕਿਹਨੇ ਬੰਦ ਕੀਤਾ? ਮੈਂ ਨਹੀਂ ਕੀਤਾ। ਏਸੀ ਕਿਹਨੇ ਬੰਦ ਕੀਤਾ? ਮੈਂ ਤੈਨੂੰ ਹਜ਼ਾਰ ਵਾਰੀ ਸਮਝਾਇਆ, ਤੁਹਾਡਾ ਸਾਹ ਚੱਲੇ ਨਾ ਚੱਲੇ ਏਸੀ ਚੱਲਣਾ ਚਾਹੀਦਾ, ਇਹ ਹਕੂਮਤ ਚੱਲੇ ਨਾ ਚੱਲੇ ਏਸੀ ਚੱਲਣਾ ਚਾਹੀਦਾ। ਏਸੀ ਕਿਉਂ ਨਹੀਂ ਚੱਲਿਆ? ਪਤੀ ਏਸੀ ਕਿਉਂ ਨਹੀਂ ਚੱਲਿਆ? ਏਸੀ ਕਿਉਂ ਨਹੀਂ ਚੱਲਦਾ? ਇਸੇ ਤਰ੍ਹਾਂ ਕਰ ਕਰਕੇ ਇਹਨੇ ਆਪਣੀ ਪੈਦਾਇਸ਼ ਲੇਟ ਕਰ ਲਈ। ਉਹ ਦਾਈ ਫੜ ਲੈ ਕੇ ਗਏ, ਏਸੀ ਕਿਉਂ ਨਹੀਂ ਚੱਲਿਆ? ਏਸੀ ਕਿਉਂ ਨਹੀਂ ਚੱਲਿਆ? ਏਸੀ ਚਲੋ ਮੈਂ ਤੇ ਘੰਟਾ ਡੇਢ ਘੰਟਾ ਲੇਟ ਹੋਇਆ ਵਾ, ਇਹ ਤ੍ਰੈ ਮਹੀਨੇ ਲੇਟ ਹੋਇਆ। ਉਹ ਕਿਉਂ? ਦਾਈ ਇਹਦੀਆਂ ਨਸਾਂ ਨੂੰ ਹੱਥ ਪਾਉਂਦੀ ਸੀ। ਆ ਗਿਆ ਮਈ ਦਾ ਮਹੀਨਾ, ਆ ਖਲੋਤਾ ਜਫੀਨਾ। ਪਿਛਲੇ 3 ਸਾਲਾਂ ਦੇ ਵਿੱਚ ਲਾਹੌਰ ਦੇ ਵਿੱਚ 2 ਸ਼ਖਸੀਅਤਾਂ ਮਸ਼ਹੂਰ ਹੋਈਆਂ, ਇੱਕ ਵੀਨਾ ਮਲਕ, ਦੂਆ ਫੀਨਾ ਮਲਕ। ਮਲਕ ਫੀਨਾ, ਮਲਕ ਫੀਨਾ, ਮਲਕ ਫੀਨਾ। ਪੁੱਠਾ ਕਰ ਲਈਏ, ਅੰਦਰ ਆ ਜਾਓ। ਮੇਰੀ ਗੱਲ ਸੁਣ ਬੇਟਾ, ਕਿਉਂ ਨਹੀਂ ਏਸੀ ਚੱਲਿਆ? ਇਹਦੀਆਂ ਨਾਸਾਂ ਚ ਹਵਾ ਨਹੀਂ ਜਾਂਦੀ, ਸੋਚ ਕਿਵੇਂ ਜਾਏਗਾ ਜੀ? ਕਿਉਂ ਨਹੀਂ ਚੱਲਿਆ? ਤੇਰਾ ਸਹੁਰਾ ਵੀ ਲੜ ਕੇ ਗਿਆ ਮੇਰੇ ਨਾਲ। ਮੇਰੇ ਵੱਲੋਂ ਸਹੁਰਾ ਜੀ ਮਰ ਜਾਣ, ਮੈਂ ਕੀ ਕਰਾਂ? ਏਸੀ ਚੱਲੇਗਾ ਤਾਂ ਮੇਰਾ ਸਹੁਰਾ, ਨਹੀਂ ਤਾਂ ਮੇਰਾ ਕੋਈ ਸਹੁਰਾ ਨਹੀਂ, ਮੇਰਾ ਸਹੁਰਾ ਏਸੀ। ਜਿਹੜਾ ਚੱਲਦਾ ਉਹ ਮੇਰਾ ਸਹੁਰਾ, ਜਿਹੜਾ ਬੰਦੇ ਉਹ ਕੀ ਕੋਈ ਸਹੁਰਾ ਹੋਇਆ? ਮੇਰੀ ਗੱਲ ਤੇ ਸੁਣ ਲੈ। ਕੀ ਗੱਲ ਹੈ ਮਾਈ? ਮੇਰੀ ਗੱਲ ਸੁਣ, ਅਸੀਂ ਏਸੀ ਨਹੀਂ ਬੰਦ ਕੀਤਾ, ਬਿਜਲੀ ਗਈ ਹੈ, ਬੱਤੀ ਗਈ ਹੈ। ਬੱਤੀ ਗਈ ਹੈ ਤੇ ਇੱਥੇ ਜਨਰੇਟਰ ਲਾਓ, ਜੇ ਏਸੀ ਜਾਵੇ ਤਾਂ 10 ਮਿੰਟ ਵਾਸਤੇ ਏਸੀ ਮੇਰੇ ਕੋਲ ਆਉਣਾ ਚਾਹੀਦਾ। ਏਸੀ ਚੱਲੇਗਾ ਕਿ ਨਹੀਂ? ਚੱਲੇਗਾ, ਅਸੀਂ ਕਦੋਂ ਮਨਾ ਕੀਤਾ? ਮਾਈ ਜੇ ਨਾ ਏਸੀ ਨਾ ਚੱਲਿਆ, ਮੈਂ ਤੇਰੀ ਧੀ ਨੂੰ ਤਲਾਕ ਦੇ ਦੇਣੀ ਹੈ, ਬਲਕਿ ਮੈਂ ਉਹਨੂੰ ਤਲਾਕ ਅੱਜ ਦੇਣ ਲੱਗਾ। ਦੇ ਤਲਾਕ, ਦੇ ਤਲਾਕ ਸਾਲਿਆ, ਦੇ ਤਲਾਕ।
ਅੱਜ ਮੈਂ ਤੇਰੀ ਧੀ ਨੂੰ ਦੋ ਬੰਦੇ ਲਿਆ ਕੇ ਦਿਆਂਗਾ, ਫਿਕਰ ਕਰ ਬਰਾ ਮਾਰ ਲੈ ਇਹ ਕਰਾ ਲੈ ਨਹੀਂ ਪੁੱਤਰ ਓਏ ਮੈਨੂੰ ਧੱਕਾ ਆਹੋ ਉਹ ਤੇਰੀ ਭੈਣ ਓਏ ਮਾਏ ਘਰ ਛੱਡ ਕੇ ਜਾ ਰਿਹਾ ਮੈਂ ਕੱਪੜੇ ਨੀ ਲੈ ਕੇ ਜਾ ਰਿਹਾ, ਮੈਂ ਰਾਜ ਪੱਕੀ ਵੇਚਣੀ ਮੈਂ ਜਾ ਰਿਹਾ। ਅਮਾ ਨਾ ਕਰ, ਇਸ ਤਰ੍ਹਾਂ ਮਜ਼ਾ ਆਉਂਦਾ। ਅਮਾ ਨਾ ਕਰ ਸਾਹਿਬ ਜੀ। ਹਾਂਜੀ ਮੰਜੋ ਨਾ, ਤੂੰ ਵੀ ਤੇ ਮੰਜਣ ਹੈ ਇਹ ਤੇ ਮੰਦੀ ਨਹੀਂ ਤੇ ਮੈਂ ਕਿਵੇਂ ਮੰਨਾ। ਚਲੋ ਠੀਕ ਹੈ, ਜੇ ਕਹਿ ਰਹੀ ਹੈ ਤੇ ਠੀਕ ਹੈ, ਜੇ ਅੱਜ ਤੋਂ ਬਾਅਦ ਇਹ ਸੀ ਬੰਦ ਹੋਇਆ ਨਾ ਮੈਂ ਬੰਦ ਕਰ ਦਿਆਂਗਾ। ਹੈਲੋ ਓਏ ਇੱਕ ਮਿੰਟ ਵਿੱਚ ਕੋਈ ਨਾ ਬੋਲੇ ਓਏ। ਹੈਲੋ ਜੀ ਕੀ ਹੋਇਆ? ਨਹੀਂ ਨਹੀਂ ਬਾਬਾ ਜੀ ਕਬਰਸਤਾਨ ਨੇ ਬਾਬਾ ਮਰ ਗਿਆ। ਸੁਣ ਤੇ ਲੈਣ ਦਿਓ ਖਬਰ, ਕੀ ਗੱਲ ਹੈ ਜੀ? 158 ਨੰਬਰ ਖਬਰ ਲੱਤਾਂ ਲਮਕਾ ਕੇ ਬੈਠਾ। 22,700 ਕੀ ਹੈ ਯਾਰ? ਬਿਜਲੀ ਦਾ ਬਿੱਲ ਆਇਆ 22,700। ਮੇਰਾ ਸਾਰਾ ਨਾਰਾਜ਼ ਹੋ ਕੇ ਕਬਰਸਤਾਨ ਤੁਰ ਗਿਆ। ਉਹ ਨਹੀਂ ਅਸੀਂ ਹੁਣੇ ਲੈਣ ਆਉਂਦੇ ਹਾਂ। ਅੰਮਾ ਫਟਾਫਟ ਕੱਪੜੇ ਕਿਸੇ ਨਾਲ ਬਦਲ ਲੈ। ਕੱਲ ਪਰਸੋਂ ਦਾ ਮੈਂ ਜਿਮ ਜੁਆਇਨ ਕੀਤਾ। ਤੈਨੂੰ ਪਤਾ ਮੇਰੇ ਬੰਦੇ ਦੀ ਸਿਹਤ ਕਿਵੇਂ ਬਣੀ ਹੈ? ਕਿਵੇਂ? ਮੇਰੇ ਬੰਦੇ ਨੇ ਘਰ ਦੇ ਓਰੀਜਨਲ ਦੁੱਧੂ ਪੀਤੇ ਓਰੀਜਨਲ। ਉਹ ਖੁਦਾ ਦੀ ਬੰਦੀ ਐਵੇਂ ਇੰਨੇ ਬੰਦਿਆਂ ਦੇ ਸਾਹਮਣੇ ਝੂਠ ਮਾਰੀ ਜਾਂਦੀ ਹੈ? ਦੁੱਧ ਨਹੀਂ ਪੀਣਾ। ਮੈਨੂੰ ਤੇ ਡਾਕਟਰ ਨੇ ਆਖਿਆ ਦੁੱਧ ਨੂੰ ਹੱਥ ਵੀ ਨਹੀਂ ਲਾਉਣਾ। ਉਹ ਮੈਨੂੰ ਰੇਸ਼ਾ ਆ ਜਾਂਦਾ। ਨਹੀਂ ਤੇ ਦੁੱਧ ਪੀਣ ਨਾਲ ਹੁੰਦਾ ਕੀ ਹੈ? ਦੁੱਧ ਪੀਣ ਨਾਲ ਗੰਦ ਚਿੱਟਾ ਹੁੰਦਾ ਹੈ। ਤੇ ਕੱਟਾ ਕਿਉਂ ਕਾਲਾ ਹੁੰਦਾ ਫਿਰ? ਓ ਜੀ ਉਹ ਤੇਰੇ ਸਾਇੰਸ ਦਾਨ। ਆਓ ਦੱਸੋ ਨਾ ਮੇਰੇ ਬੰਦੇ ਦੀ ਸਿਹਤ ਵੇਖਣੀ ਹੈ? ਆਓ ਜਾਨੂ ਡੋਲਾ ਵਹਾ ਡੋਲਾ। ਇਧਰ ਵੇਖ ਜ਼ਰਾ ਜੰਦ ਹਾ ਫਟਾਫਟ ਵੇਖ ਫਿਰ ਗਾਇਬ ਹੋ ਜਾਸੀ। ਐਡਾ ਵੱਡਾ ਡੋਲਾ ਸੀ ਨਹੀਂ ਵੇਖ। ਇਹ ਬੜਾ ਔਖਾ ਬਣਦਾ ਹੈ ਮੇਰਾ ਬੰਦਾ। ਹਾਂ 12 ਮਸਾਲੇ ਪਾਉਣੇ ਪੈਂਦੇ ਨੇ ਵਿੱਚ। ਚਾਟ ਮਸਾਲੇ ਹਾਂ ਜਾਨੂ ਓਹੋ ਕਰ ਇਸ ਤਰ੍ਹਾਂ ਫਿਰ ਤੈਨੂੰ ਚਸਕਾ ਪੈ ਜਾਸੀ। ਮੈਨੂੰ ਬੀਬੀ ਜੀ ਹਾਂ ਜੀ ਸਾਹਿਬ ਜੀ ਨੂੰ ਸੱਚੀ ਮੁੱਚੀ ਫਿੱਟ ਨਿਕਲ ਆਉਂਦੀ ਹੈ। ਮੈਂ ਸੱਚੀ ਮੁੱਚੀ ਕਦੇ ਚੈੱਕ ਨਹੀਂ ਕੀਤਾ।
ਚਲੋ ਕਰ ਲੈ ਕਰ ਲੈ ਹਾਂ ਮੈਨੂੰ ਅਸੀਂ ਕਪੜਾ ਤੰਗ ਕਰਦਾ ਜੇ ਆਪ ਤੰਗ ਹੁੰਦੀ ਹੈ ਕਪੜੇ ਤੰਗ ਪਾਏ ਰੂ ਤੰਗ ਕਪੜੇ ਕਿੱਡੀ ਫਿੱਟ ਕੁੜੀ ਹੈ ਕਿੱਡੀ ਫਿੱਟ ਬੱਚੀ ਹੈ ਮਰੇ ਤੁਸੀਂ ਕਿਹੜਾ ਕੰਮ ਇਹੋ ਕਰ ਲਿਆ ਬੀਬੀ ਜੀ ਕਿੱਡੀ ਫਿੱਟ ਬੱਚੀ ਬਕਵਾਸ ਹੈ ਕਿੱਡੀ ਫਿੱਟ ਹੈ ਹੋਰ ਕਰ ਅੱਖਾਂ ਨਾਲ ਦੇਖ ਕਿੱਡੀ ਫਿੱਟ ਬੱਚੀ ਹੈ ਬਿਊਟੀ ਪਾਰਲਰ ਤੇ ਨਹੀਂ ਖੋਲ ਲਿਆ ਅੱਜ ਗਈ ਸੀ ਨਾ ਤੂੰ ਬਿਊਟੀ ਪਾਰਲਰ ਜੀ ਬੀਬੀ ਜੀ ਇਹ ਰੋਜ਼ ਤੂੰ ਪੈਸੇ ਦੇਣਾ ਨੂੰ ਬਿਊਟੀ ਪਾਰਲਰ ਆ ਸਹੀ ਬੀਬੀ ਨਹੀਂ ਨਹੀਂ ਤੁਸੀਂ ਜਾ ਕੇ ਅੰਦਰ ਏਸੀ ਠੀਕ ਕਰੋ ਮੈਂ ਤਾਂ ਇਹਨੂੰ ਦੋ ਗੱਲਾਂ ਕਰ ਲਾਂ ਸਾਫ ਜੀ ਦਿੰਦੇ ਪੈਸੇ ਅੱਛਾ ਸੌਰੀ ਸਾ ਸੁਣ ਮੇਰਾ ਜੁਆ ਹੈ ਮੈਂ ਉਹਨੂੰ ਅੰਦਰ ਭੇਜ ਦੇ ਓਕੇ ਓਕੇ ਬੀਬੀ ਜੀ ਮੈਂ ਅੰਦਰ ਜਾ ਕੇ ਗੰਦੀ ਸੀਟੀ ਲਾਣੀ ਆਹੋ ਮੇਰੀ ਬੀਵੀ ਆ ਰਹੀ ਕੋਈ ਗਲਤ ਗੱਲ ਨਾ ਕਰੀ ਤੂੰ ਸਾਹਮਣੇ ਠੀਕ ਹੈ ਉਹ ਆ ਗਈ ਇਹ ਮੇਰੀ ਬੀਵੀ ਹੈ ਤੇਰੀ ਬੀਵੀ ਨੇ ਕੱਪੜੇ ਕਿਹੋ ਜਿਹੇ ਪਾਏ ਨੇ ਉਹ ਮੇਰੇ ਨਾਲ ਬੜਾ ਪਿਆਰ ਕਰਦੀ ਏ ਅੱਛਾ ਮੇਰੀ ਪੈਂਟ ਨੂੰ ਪਿੱਛੇ ਕਪੜਾ ਲਵਾ ਲਿਆ ਸੂ ਹੈ ਜਾਨੂ ਕਿੱਧਰ ਤੂੰ ਇੱਥੇ ਕੀ ਕਰ ਰਿਹਾ ਮੈਂ ਕੰਮ ਕਰ ਰਿਹਾ ਇਹਦੇ ਨਾਲ ਹਾਂ ਬੀਬੀ ਕੀ ਮਤਲਬ ਕੀ ਮਤਲਬ ਅਸੀਂ ਨਾਲ ਕੇ ਕੰਮ ਕਰਨੇ ਆ ਤੂੰ ਘਰ ਕਿਉਂ ਨਹੀਂ ਆ ਰਿਹਾ ਕੋਈ ਐਸਾ ਤਲਕ ਨਹੀਂਗਾ ਮੇਰੀ ਭੈਣ ਏ ਇਹ ਮੇਰਾ ਭਰਾ ਵੇ ਆ ਸਾਡੇ ਦੋ ਬੱਚੇ ਵੀ ਨੇ ਹੈ ਇਹਦੇ ਦੋ ਬੱਚੇ ਨੇ ਇਹਦੇ ਕੀ ਬਕਵਾਸ ਕਰ ਰਹੇ ਸਹੀ ਯਾਰ ਕੀ ਮਸਲਾ ਕੀ ਏ ਤੂੰ ਘਰ ਕਿਉਂ ਨਹੀਂ ਆ ਰਿਹਾ ਘਰ ਮੈਂ ਨਹੀਂ ਆਉਣਾ ਤੇਰਾ ਭਰਾ ਬੜਾ ਤੰਗ ਕਰਦਾ ਮੈਨੂੰ ਮੈਂ ਬਦਮਾਸ਼ ਲੈ ਕੇ ਆਈ ਆ ਫੇ ਤੇਰੇ ਬਦਮਾਸ਼ ਨਾਲ ਲੈ ਗਈ ਉਹ ਕੀਨੀਆਂ ਦੇ ਬਦਮਾਸ਼ ਲੈ ਆਈ ਆ ਇੱਕੋ ਸੱਚ ਦੱਸ ਦੇ ਮੁਟਿਆਰੇ ਹੋਇਆ ਕੀ ਏ ਇਹ ਫੀਨਾ ਹਾਂ ਮੇਰਾ ਬੰਦਾ ਹੈਗਾ ਅੱਛਾ ਉਹ ਘਰ ਨਹੀਂ ਆਉਂਦਾ ਓਏ ਤੂੰ ਘਰ ਨਹੀਂ ਜਾਂਦਾ ਹੈਂ ਹੈਂ ਓਏ ਪੂਰਾ ਮੱਲਾ ਜਾਂਦਾ ਤੂੰ ਨਹੀਂ ਜਾਂਦਾ ਓਏ ਓਏ ਤੂੰ ਘਰ ਵੀ ਨਹੀਂ ਜਾਂਦਾ ਨਾ ਤੇਰੇ 6 ਬੱਚੇ ਓਏ 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 ਜਵਾਨਾ ਹਾਂ ਇਸ ਕੁੜੀ ਨੇ ਤੇਰੇ ਸਿਰ ਦਾ ਬਿਆਨਾ ਦਿੱਤਾ ਹੀ ਕਟਿੰਗ ਕਰਾਣੀ ਕਟਿੰਗ ਨਹੀਂ ਓਏ ਕਟਿੰਗ ਹਾਂ ਜੋ ਜੋ ਪੁੱਛਿਆ ਸਹੀ ਸਹੀ ਦੱਸਣੇ ਝੂਠ ਨਹੀਂ ਬੋਲਣਾ ਪੁੱਛ ਦੱਸ ਏ ਘਰ ਜਾਣਾ ਕਿ ਨਹੀਂ ਨਹੀਂ ਬਾਜੀ ਉਹ ਕਹਿੰਦਾ ਮੈਂ ਨਹੀਂ ਜਾਣਾ ਹੈ ਕੀ ਤੈਨੂੰ ਕਿਉਂ ਲੈ ਕੇ ਆਈ ਆ ਅੱਛਾ ਵਜ੍ਹਾ ਕੀ ਹੈ ਘਰ ਕਿਉਂ ਨਹੀਂ ਜਾਂਦਾ ਯਾਰ ਉਹ ਜਾਹਲ ਹੈਗੀ ਹੈ ਮੈਂ ਪੜ੍ਹ ਲਿਖਾਂ ਸਾਡਾ ਗੁਜ਼ਾਰਾ ਨਹੀਂ ਹੋ ਸਕਦਾ ਅੱਛਾ ਕੀ ਜਾਹਲ ਹੈ ਹਾਂ ਤੇ ਤੈਨੂੰ ਜ਼ਾਕਰ ਨਾਇਕ ਕਹਿੰਦੇ ਨੇ ਹਾਂ ਤੂੰ ਕੀ ਹੈ ਤੂੰ ਸਹੀ ਹੈ ਮੈਂ ਪੜ੍ਹ ਲਿਖਿਆ ਬੰਦਾ ਚੱਲ ਤੇਰੇ ਨਾਲ ਇੱਕ ਸਵਾਲ ਕਰਾਂਗਾ ਅਗਰ ਤੂੰ ਸਹੀ ਜਵਾਬ ਦਿੱਤਾ ਤੇ ਤੂੰ ਸੱਚਾ ਠੀਕ ਹੈ ਦੱਸ ਦੁੱਧ ਪੀਣ ਨਾਲ ਕੀ ਹੁੰਦਾ ਦਿਮਾਗ ਤੇਜ਼ ਹੁੰਦਾ ਇਹ ਗੱਲ ਹੁੰਦੀ ਤੇ ਸਾਰੇ ਗੁੱਜਰ ਇੰਜੀਨੀਅਰ ਨਾ ਹੁੰਦੇ ਮੇਰੇ ਸਵਾਲ ਦਾ ਜਵਾਬ ਦਿਓ ਅੱਛਾ ਉਹ ਕਿਹੜਾ ਬੰਦਾ ਜਿਹੜਾ ਵੈਲਡਿੰਗ ਦਾ ਕੰਮ ਵੀ ਨੇ ਕਰਦਾ ਤੇ ਕਾਲੀ ਐਨਕ ਲਾਉਂਦਾ ਇਹ ਨਹੀਂ ਪਤਾ ਚੌਧਰੀ ਸ਼ੁਜਾਦ ਮੇਰੇ ਇੱਕ ਸਵਾਲ ਦਾ ਜਵਾਬ ਦੇ ਜਵਾਬ ਪੁੱਛ ਚਲਤੀ ਦਾ ਨਾਮ ਕਿਆ ਗਾੜੀ ਤੇ ਤੇਰੀ ਪੁੱਫੀ ਦਾ ਨਾਮ ਸ਼ਮੀਮ ਕਿਉਂ ਹੈ ਉਹ ਮੇਰੇ ਇੱਕ ਸਵਾਲ ਦਾ ਜਵਾਬ ਦਿਓ ਪੁੱਛੋ ਉਹ ਕਿਹੜੀ ਕੁੜੀ ਤੇ ਮੁੰਡੇ ਦੇ ਵਿੱਚ ਉਹ ਕਿਹੜੀ ਜਗ੍ਹਾ ਹੈ ਜਿੱਥੇ ਦੋਵਾਂ ਦੇ ਵਾਲ ਕੁੰਡਰਾਂ ਵਾਲੇ ਹੁੰਦੇ ਨੇ ਇੱਕ ਮਿੰਟ ਪਤਾ ਨਹੀਂ ਵੈਸਟ ਇੰਡੀਜ਼ ਬੜੇ ਸਵਾਲ ਜਵਾਬ ਕਰ ਆਈਏ ਓਏ ਮੇਰੇ ਤੇ ਪਾਣੀ ਦੇ ਭਾਈ ਮੈਨੂੰ ਦੱਸਦੇ ਆ ਇਹ ਪਾਣੀ ਵਾਲੀ ਨਹੀਂ ਗੋਲੀ ਨਿਕਲਦੀ ਵਿੱਚੋਂ ਗੋਲੀ ਗੋਲੀ ਹੋਸਟ ਤੇ ਮਾਰ ਫਿਰ ਮੇਰੇ ਭਰਾ ਨੂੰ ਲੈ ਐਡਾ ਮੈਂ ਤੂੰ ਤਾਂ ਕਹਿੰਦਾ ਸਮੇਂ ਤੇਰੇ ਅੱਗੇ ਆ ਕੇ ਕੁਰਬਾਨ ਹੋਵਾਂਗਾ ਉਹ ਵਾਜਦੇ ਵਾਜਦੇ ਆਪਣੇ ਘਰ 'ਚ ਬੈਠੇ ਟੈਲੀਫੋਨ ਦੀ ਬੈਲ ਲੇਟਰ ਆਪਣੀ ਬੀਵੀ ਨੇ ਕਹਿੰਦਾ ਮੇਰਾ ਕੋਈ ਬੱਚੇ ਵਾਲੀ ਘਰ ਨਹੀਂਗਾ ਕਹਿੰਦੀ ਬੀਵੀ ਨੇ ਫੋਨ 'ਚ ਕਿਹਾ ਹੈਲੋ ਕਹਿੰਦੀ ਹਾਲੀ ਘਰ ਹੀ ਹੈ ਉਹਨੂੰ ਕਹਿੰਦਾ ਤੈਨੂੰ ਕਿਹਾ ਸੀ ਨਹੀਂ ਦੱਸਣਾ ਉਹ ਕਹਿੰਦੀ ਮੇਰਾ ਫੋਨ ਸੀ ਹੈਲੋ ਮਾਸ਼ਾਅੱਲਾ ਆਪਣਾ ਇਹ ਛਤਰਾ ਤੇਰਾ ਹੈ ਮੇਰੀ ਬੀਵੀ ਏ ਤੇਰੀ ਬੀਵੀ ਏ ਬੀਵੀ ਸੋਹਣਿਆ ਇਹਨੂੰ ਬਾਹਰ ਲੈ ਕੇ ਜਾਏ ਨਾ ਹਾਂ ਜੋ ਰੇਟ ਲੱਗੇ ਬਾ ਕੱਢਣ ਵਾਲੀ ਗੱਲ ਕਰੇ ਓਏ ਆਹੋ ਕੱਲ ਨੂੰ ਸਿੰਘ ਭੁਰ ਜਾਏ ਪੂਛ ਟੁੱਟ ਜਾਏ ਨਾ ਨਾ ਸੋਹਣਿਆ ਕਿੰਨੀ ਬਹਿੜੀ ਏ ਅਗਲੀ ਓਏ ਬਜਟ ਵੇਖ ਲਈ ਓ ਬਜਟ ਮਾਸ਼ਾਅੱਲਾ ਬੜੇ ਬੜੇ ਕਾਲੇ ਵੇਖੇ ਪਰ ਤੇਰਾ ਤੇ ਬੇੜਾ ਹੀ ਕਰਕ ਹੋਇਆ ਪਿਆ ਕਿਸ ਕਿਸਮ ਦਾ ਤੇਰਾ ਘੋੜੇ ਦੇ ਮਸਾਲੇ ਵਰਗਾ ਮੂੰਹ ਜਦ ਸਾਇਲੈਂਟ ਮੇਰੇ ਨਾਲ ਹੀ ਬਦਤਮੀਜ਼ੀ ਕਰਨੀ ਤੇਰੇ ਨਾਲ ਬਦਤਮੀਜ਼ੀ ਕਿਉਂ ਨਹੀਂ ਕਰਨੀ ਜੱਦੇ ਕੈਂਕ ਨਾ ਫੜਾਉਣਾ ਤੂੰ ਸੜਕ ਤੇ ਖਲੋਤਾ ਨੂੰ ਫੱਕੀ ਕੇ ਆ ਕੀ ਕਹਿ ਰਹੇ ਆ ਲੈ ਵੇ ਆਪਣੇ ਘਰ 'ਚ ਬੈਠਾ ਤੇ ਟੀਵੀ ਤੇ ਵੇਖ ਰਿਹਾ ਆਪਣੀ ਬੀਵੀ ਨੂੰ ਕਹਿੰਦਾ ਕਾਸ਼ ਮੈਂ ਹਕੂਮਤ 'ਚ ਹੁੰਦਾ ਮੈਂ ਹਕੂਮਤ ਬਦਲ ਦੇਣੀ ਸੀ ਫੇਰ ਉਹ ਕਹਿੰਦੀ ਚਵਲਾ ਸ਼ਲਵਾਰ ਤੇ ਬਦਲ ਸਵੇਰ ਦੀ ਮੇਰੀ ਪਾ ਕੇ ਫਿਰ ਇੰਨੇ ਆ ਆਪਣੀ ਬੁੱਢੀ ਦਾ ਪਰਚਾ ਕਰਾਤਾ ਹੈ ਮੈਨੂੰ ਮਜ਼ਾ ਨਹੀਂ ਆਉਂਦਾ ਨਾ ਰੋਟੀ ਦਾ ਨਾ ਸਾਲਣ ਦਾ ਨਾ ਕੱਪੜੇ ਇਸਤਰੀ ਕਰਨ ਦਾ ਹਾਂ ਜਿਵੇਂ ਉਹਨਾਂ ਨੂੰ ਤੇ ਕਿਸੇ ਗੱਲ ਦਾ ਪਤਾ ਹੀ ਨਹੀਂ ਹੈ
ਸੜਕ ਤੇ ਖਲੋਤਾ ਨੀ ਫਕੀਰ ਕਹਿੰਦਾ ਅੱਲਾ ਦੇ ਨਾਂ ਤੇ ਰੁਪਈਆ ਦੇ, ਇਹ ਕਹਿੰਦਾ ਤੈਨੂੰ ਸ਼ਰਮ ਨੀ ਆਉਂਦੀ ਸੜਕ ਤੇ ਖਲੋ ਕੇ ਭੀਕ ਮੰਗਣਾ, ਉਹ ਕਹਿ ਲੱਗਾ ਸਾਲਿਆ ਤੇਰੇ ਰੁਪਈਏ ਦੀ ਖਾਤਰ ਦਫ਼ਤਰ ਖੋਲ ਲਵਾਂ। ਇਧਰ ਤੇ ਵੇਖ, ਡਾਕਟਰ ਕੋਲ ਗਏ ਜਾ ਕੇ, ਕਹਿੰਦੇ ਡਾਕਟਰ ਸਾਹਿਬ ਮੇਰੀ ਤਬੀਅਤ ਖਰਾਬ ਹੈ। ਡਾਕਟਰ ਆਖਿਆ ਬੇਟਾ ਪਹਿਲੇ ਜਾ ਕੇ ECG ਕਰਵਾ ਕੇ ਆ। ਲੈਬੋਰਟਰੀ ਗਿਆ ਜਾ ਕੇ ਨਾ ਹੀ ਭੁੱਲ ਗਿਆ। ਉਹਨਾਂ ਨੇ ਆਖਿਆ ਬਾਈ ਕੀ ਕਰਾਉਣੇ, ਕਹਿੰਦੇ ਜੀ CNG ਕਰ ਦਿਓ ਜੀ। ਇੰਗਲੈਂਡ ਗਿਆ 3 ਸਾਲ ਬਾਅਦ ਵਾਪਸ ਆਇਆ। ਅੱਛਾ, ਘਰ ਹੈ ਤਾਂ ਕੋਈ ਬੀਵੀ ਜੀ ਨੇ ਕਿਹਾ ਤੁਹਾਡੇ ਘਰ ਪੁੱਤਰ ਹੋਇਆ, ਕਹਿੰਦਾ ਮੈਂ ਬਾਹਰ ਸਾਂ ਤੇ ਪੁੱਤਰ ਪਿੱਛੋਂ ਕਿਵੇਂ, ਕਹਿੰਦੀ ਤੁਹਾਡੀ ਫੋਟੋ ਤੇ ਆਇਆ ਸੀ ਨਾ। ਤੇ ਅੱਗੋਂ ਆਪਣੀ ਬੀਵੀ ਨੇ ਕਹਿੰਦਾ ਮੈਂ ਐਡਾ ਵੀ ਪਾਗਲ ਨਹੀਂ, ਫੋਟੋ ਤੇ ਇੰਨੀ ਇੰਨੀ ਸੀ। ਲੈਣਾ ਹੀ ਨਹੀਂ ਕਿਉਂ, ਇਹਦੀ ਭੈਣ ਦੌੜ ਗਈ 4-5 ਦਿਨ ਬਾਅਦ ਵਾਪਸ ਆਈ, ਗੁੱਸਰਾ ਕਹਿੰਦਾ ਹੋਰ ਕੀ ਲੈਣਾ ਹੀ ਹੈ, ਕਹਿੰਦੀ ਮੋਟੀ ਪੈਨ ਵਾਲਾ ਚਾਰਜਰ ਰਹਿ ਗਿਆ ਮੇਰਾ। ਆਪਣਾ ਵੀ ਦੱਸਣਾ ਤੇ ਤੂੰ ਦੱਸ। ਨਵਾਂ ਮੋਬਾਈਲ ਲਿਆ। ਅੱਛਾ, ਦੁਕਾਨ ਤੇ ਜਾ ਕੇ ਕਹਿੰਦਾ ਭਾਈ ਜੀ ਨੇ ਵੇਚਣਾ, ਉਹ ਕਹਿੰਦਾ ਨਾਲ ਕੀ ਕੀ ਹੋ, ਕਹਿੰਦਾ ਜੀ ਵੱਡੀ ਤਾਈ ਹੈ ਛੋਟੀ ਭੈਣ ਨਾਲ ਹੋ। ਨਵੀਂ ਬਣਾਈ ਸਾਰ। ਆਪਣਾ ਮੋਹਤਰਮਾ ਨਵੀਂ, ਤੁਸੀਂ ਕਿੱਧਰ ਆਏ ਹੋ? ਮੈਂ, ਮੇਰਾ ਬੰਦਾ ਘਰ ਨਹੀਂ ਆਉਂਦਾ। ਜਾ, ਇਹ ਘਰ ਨਹੀਂ ਜਾਂਦਾ? ਨਹੀਂ, ਮੈਂ ਆਵਾਂਗਾ ਟੈਨਸ਼ਨ ਨਾ ਲੈ। ਇਹਨੂੰ ਲੈ ਕੇ ਨਹੀਂ, ਫੇਰ ਵੀ ਨਹੀਂ, ਇਹ ਬੜਾ ਖੋਚਲ ਹੈ, ਮੈਂ ਸਮਝਣਾ ਇਹਨੂੰ। ਹੱਸਦਾ ਤਾਂ ਲੱਗਦਾ ਖਤਮ ਦੀ ਦਰੀ ਇਕੱਠੀ ਹੋਣ ਡਈ। ਨੇਹਾ ਕਹਿਣਾ ਨਹੀਂ। ਅੱਛਾ, ਇਹਦਾ ਗੌਰ ਨਮੂ ਵੇਖੋ, 30 ਰੁਪਏ ਦਾ ਪੀਜ਼ਾ ਲੱਗਦਾ ਏਡਾ। ਇਹਦਾ ਗੌਰ ਨਮੂ ਵੇਖੋ, ਆਪਣਾ ਉਹ ਤਵੇ ਤੇ ਨਹੀਂ ਪਏ ਹੁੰਦੇ। ਘੰਟੇ ਦੇ ਸਾਹਮਣੇ ਫਿਰਦੀ ਰਹੀ ਉਸ ਮਸਕੀਨ ਦਾ, ਨੱਕ ਨੀ ਜਾਣੇ ਬਲਾ ਕੀ ਲਾਇਆ ਨਹੀਂ ਲਾਇਆ, ਬਹੁਤ ਪਿਸਤ ਹੋਇਆ ਬਈ। ਇੱਥੇ ਵੀ ਨਹੀਂ, ਥੋੜੀ ਸੀ ਇਧਰ ਮਹਿੰਗੀ ਕਰਨੀ ਆਈ ਆ, ਉਹਦੀ ਢਿੱਡ ਦਰਦ ਦੀ ਦਵਾਈ ਆਪਣਾ ਆਪਣੀ ਦਵਾਈ ਦਾ ਆਪ ਨਾ ਲੈ ਲਿਆ। ਤੁਸੀਂ ਪੜ੍ਹੇ ਲਿਖੇ? ਯੈਸ ਸਰ। ਪੰਜਾਬ ਚ ਕਿੰਨੇ ਦਰਿਆ ਵਗਦੇ? ਆਈ ਥਿੰਕ 5। ਤੇ ਪੰਜਾਬ ਚ ਖੂਹ ਕਿੰਨੇ ਕੁ ਹੋਣਗੇ? ਹਜ਼ਾਰਾਂ। ਤੇ ਪੰਜਾਬ ਚ ਨਲਕੇ ਕਿੰਨੇ ਕੁ ਹੋਣਗੇ? ਕਿੰਨੇ? ਤੇ ਨਹਾਉਂਦਾ ਕਿਉਂ ਨਹੀਂ? ਇੱਥੇ ਤੱਕ ਮੈਨੂੰ ਜਰਾਬਾਂ ਦੀ ਬੋ ਆਉਣ ਡਈ। ਉੱਥੇ ਚੁੱਕ। ਹਾਂ, ਪਾਈਆਂ ਨੀ, ਪਾਈਆਂ ਚਿੱਟੀਆਂ ਉੱਤੇ ਕਰ ਯਾਰ, ਪਾਈਆਂ ਚਿੱਟੀਆਂ ਰੰਗ ਉੱਤਰ ਉੱਤਰ ਕੇ ਗ੍ਰੇ ਹੋ ਗਈਆਂ। ਤੇ ਤੂੰ ਘਰ ਘਰ ਹੀ ਲੈ ਜਾ, ਪੂਰਾ ਜਿਸਮ ਹੀ ਵੇਖ ਲਓ ਮੇਰਾ। ਬੱਬਰ ਸ਼ੇਰ ਆਣ ਲੱਗਾ ਜੇ, ਸਲਵਾਰਾਂ ਚੁੱਕ ਲਓ ਉੱਤੇ, ਦਿਲਾਂ ਤੇ ਹੱਥ ਰੱਖ ਲਵੋ ਤੇ ਅੱਖਾਂ ਨੂੰ ਟੱਕ ਲਵੋ। ਬਾਹਰ ਪੀ ਕੇ ਧੂਆਂ ਹਾਲੇ ਤੱਕ ਮੂੰਹ ਚ ਛੱਡਣ ਡਿਆ। ਸ਼ੁਕਰ ਕਰ ਸਿੱਧਾ ਲੈ ਕੇ ਹੋਏ। ਗੱਲ ਤਾਂ ਤੁਹਾਡੀ ਠੀਕ ਹੈ, ਨੈਪੀ ਕੀਤੀ ਜੇ ਕਿ ਨਹੀਂ,
ਇੱਥੇ ਨਾ ਨਾ ਕੋਈ ਗੰਦ ਪਾ ਦੇਣਾ। ਕੌਣ ਹੈ? ਇਹ ਤੁਹਾਡਾ ਭਰਾ ਹੈ? ਹਾਂ ਹਾਂ ਜੀ। ਮਾਸ਼ਾਅੱਲਾ ਬੜਾ ਲੱਗਦਾ ਜਿਵੇਂ ਬੜਾ ਰੱਜਿਆ ਕੁੱਤਾ ਹੈਗਾ। ਅਸਲ ਸੋਜਾ ਦੇ ਅੰਦਰ ਛੁਪਾਇਆ ਹੋਇਆ ਸਾਹਮਣੇ। ਸਭ ਦਾ ਭਲਾ ਤੇ ਸਭ ਦੀ ਖੈਰ, ਜਿਹੋ ਜੇ ਮੂੰਹ ਉਹੋ ਜੇ ਪੈਰ। ਮੋਛੇ ਮੈਨੂੰ ਪੈ। ਓਏ ਇਹਦਾ ਗੁੱਸਾ ਨਾ ਕਰਨਾ, ਛੋਟੇ ਪੈਕਟਾਂ 'ਚ ਬਗੈਰਤੇ ਹੈ। ਤੁਸੀਂ ਮੇਰੇ ਨਾਲ ਸ਼ਾਦੀ ਕਰੋ? ਕਿਉਂ ਕਿਉਂ ਕੀ ਮਤਲਬ? ਬੱਚੇ ਪੈਦਾ ਕਰਾਂਗੇ? ਲੈ ਤੁਹਾਡਾ ਕੱਦ ਆਪਣਾ ਬੱਚਿਆਂ ਜਿੱਡਾ ਹੈ। ਉਹ ਕੱਦ ਦਾ ਕੋਈ ਤਲਕ ਨਹੀਂ ਹੁੰਦਾ। ਹਾਂ ਬੀਵੀ ਭਾਵੇਂ 14 ਇੰਚ ਵਾਲੇ ਭਾਵੇਂ 28 ਦਾ ਰਿਮੋਟ ਹੀ ਕੁਝ ਹੀ ਹੁੰਦਾ ਹੈ। ਮੋੜ ਦਿਆ ਪੁੱਤਰਾ, ਇਹ ਗੱਲ ਤੂੰ ਸਾਨੂੰ ਬਾਹਰ ਵੀ ਦੱਸ ਸਕਦਾ ਜੀ? ਨਾਈ ਕੋਈ ਸ਼ੇਵ ਕਰਾਉਣ ਗਿਆ, ਨਾਈ ਨੂੰ ਕਹਿੰਦਾ ਬਹਿ ਜਾ, ਇਹ ਬਹਿ ਗਿਆ, ਉਹਨੇ ਪਿਛਲੇ ਦੀ ਕਰ ਦਿੱਤੀ ਫਟਾਫਟ। ਕਹਿੰਦਾ ਕਹਿੰਦਾ ਰਿਮੋਟ ਇੱਕੋ ਜਿਹਾ ਹੁੰਦਾ। ਰਿਮੋਟ ਜਿਹਦਾ ਤੂੰ ਆਪ ਹੈ। ਚੱਲ ਚੱਲ ਤੂੰ ਵੀ ਕਹਿੰਦਾ ਕਰ ਪੈਣਾ, ਮੈਂ ਇਹਨੂੰ ਕਰ ਲੈ ਕੀ ਜਾਵਾਂਗਾ, ਕੋਈ ਐਸੀ ਗੱਲ ਨਹੀਂ। ਮੈਂ ਕੀ ਇਹ ਭੈਣ ਨੂੰ ਪਿਆਰ ਤੇ ਦੇ ਰਿਹਾ, ਲੇਕਿਨ ਧਿਆਨ ਤੇਰਾ ਕਿੱਧਰ ਜਾ ਰਿਹਾ ਹੈ? ਅੰਨੀ ਰਿਹਾ ਏਡਾ ਵੀ ਤੂੰ ਰੋਲ ਚ ਨਾ ਖੁੱਬ। ਐਸੀ ਕੋਈ ਗੱਲ ਨੀ ਭਾਈਜਨ ਨੇ ਮੇਰੇ ਪਿਆਰ। ਤੁਸੀਂ ਮੇਰੇ ਭਾਈਜਨ ਨੂੰ, ਮੈਂ ਤੁਹਾਡੇ ਘਰ ਆਵਾਂਗਾ, ਬੇਫਿਕਰ ਹੋ ਜਾਓ। ਤੁਸੀਂ ਮੇਰੇ ਭਾਈਜਨ ਨੂੰ ਮੇਰਾ ਪਿਆਰ ਦਿਓ ਯਾਰ, ਪਿਆਰ ਦਿਓ, ਪਿਆਰ ਤੁਹਾਡਾ। ਬਿਸਮਿਲ੍ਲਾ ਬਿਸਮਿਲ੍ਲਾ। ਆ ਨਹੀਂ ਛੱਡ ਦਿਓ। ਅੱਛਾ ਇਹ ਜੀ ਉਹ ਜੇਬ ਚ ਕੁਝ ਨਹੀਂ, ਪਿਆਰ ਦਿਓ। ਬਿਸਮਿਲ੍ਲਾ ਬਿਸਮਿਲ੍ਲਾ ਮੇਰੀਏ ਪੈਣੇ, ਮੈਂ ਤੈਨੂੰ ਕਾ ਕੀ ਹੋਏ? ਸਾਰਾ ਧਿਆਨ ਤੇਰਾ ਡਾਕੂਮੈਂਟਸ ਵੱਲ ਹੈ। ਮਮਾ ਲੰਦਾ ਆਟੇ ਦਾ ਥੈਲਾ ਸੁੱਟਾ, ਉਹ ਵਜਾ, ਉਹਦੇ ਨਾਲ ਮਰੇ ਸਨ। ਅੱਛਾ ਜੀ ਆਪਣਾ ਅਕਬਰ ਖਾਨ ਸਾਹਿਬ ਪੁੱਛਦੇ ਨੇ ਤੁਹਾਨੂੰ ਡਾਂਸ ਆਉਂਦਾ? ਇੱਜ਼ਤਦਾਰ ਯਾਰ, ਇਸੇ ਗੱਲ ਤੋਂ ਬਚ ਕੇ ਮੈਂ ਜਾਣ ਡਿਆ। ਬਾਰਾਂ ਸਾਲ ਕੋਈ ਬੱਚਾ ਹੋਇਆ ਨਹੀਂ ਵਜਾ ਏਸੀ ਠੰਡਾ ਨੀ ਨਾਨੀ ਦਿਆ ਏਸੀ ਦੀ ਵਜ੍ਹਾ ਤੋਂ ਨਹੀਂ ਹਾਂਜੀ ਤੁਹਾਡੀ ਵਜ੍ਹਾ ਤੋਂ ਵਜ੍ਹਾ ਜਿਸਲੇ ਕਾਕੇ ਦਾ ਮੂਡ ਬਣਦਾ ਤੁਸੀਂ ਏਸੀ ਬੰਦ ਕਰ ਦਿੰਦੇ ਹੋ ਇਹਦਾ ਮਤਲਬ ਕਾਕਾ ਤੇਰਾ ਨਹੀਂ ਏਸੀ ਦਾ ਹੋਣਾ ਏਸੀ ਦਾ ਓ ਮੇਰੀ ਗੱਲ ਸੁਣੋ ਇਹ ਨਹੀਂ ਹੋਣਾ ਮੈਨੂੰ ਆਪਣੀ ਵਾਰੀ ਦਾ ਕਹਤੇ ਇਹ ਨਾ ਹੋਇਆ ਤਾਂ ਮੈਂ ਨਹੀਂ ਜੇ ਇੱਥੇ ਰਹਿਣਾ ਇੱਥੇ ਸਿਰਫ 2 ਘੰਟੇ ਚੱਲਣੀ ਏਸੀ ਮੈਂ ਸਮਝਾ ਤਾ ਤੈਨੂੰ ਚਾਚਾ ਮੇਰੀ ਗੱਲ ਸੁਣ 4 ਘੰਟੇ ਸਵੇਰੇ ਤੇ 4 ਘੰਟੇ ਸ਼ਾਮ ਨੂੰ ਕਰ ਲੈ ਤੇ ਅਗਰ 5ਵਾਂ ਘੰਟਾ ਚੱਲਿਆ ਤੇ ਤੇ ਮੈਂ ਫਿਰ ਤੁਹਾਡੀ ਧੀ ਨੂੰ ਛੱਡ ਦਿਆਂਗਾ। ਕੀ ਮਤਲਬ ਫਿਰ ਛੱਡ ਦਿਆਂਗਾ? ਨਹੀਂ ਬਸ 4 ਘੰਟੇ ਸਵੇਰੇ 4 ਘੰਟੇ ਦਿਨੇ ਚੱਲਣੇ ਤੇ 4 ਘੰਟੇ ਰਾਤੀ ਚੱਲਣੇ ਹੀ। ਚੱਲ ਠੀਕ ਹੈ ਜਵਾਈ ਭਾਈ ਇਹ ਮੰਨ ਜਾ। ਜਵਾਈ ਭਾਈ ਕਾਦਾ ਹੋਇਆ ਪੁੱਤਰਾ ਖੋਲੀ ਮੈਨੂੰ ਕਹਿ ਰਹੀ ਆ ਆਪਣੇ ਖਸਮ ਨੂੰ ਆਖੋ ਔਰ ਮੈਂ ਕਿਉਂ ਤੁਹਾਨੂੰ
ਜਾਨੂ ਤੂੰ ਖੋਲ ਦੇ। ਜਵਾਈ ਕੋਲ ਖਲੋਤਾ ਕਿੱਥੇ ਖੋਲ ਦੇ ਤੈਨੂੰ, ਟਾਈਮ ਹੁੰਦਾ ਸਦੀਕ ਖੁਸ਼ਹਾਲ। ਓਹ ਕੌਣ ਹੈ ਜੀ, ਕੌਣ? ਅਲੀਜਾ ਸਦੀਕ ਖੁਸ਼ਹਾਲ। ਖੁਸ਼ਹਾਲ ਜੀ, ਖੁਸ਼ਹਾਲ ਦਾ ਲਫ਼ਜ਼ ਮੈਂ ਬੜੇ ਅਰਸੇ ਤੋਂ ਬਾਅਦ ਸੁਣਿਆ ਕਿਤੇ ਪਾਕਿਸਤਾਨੀ ਕੋਲ। ਅੱਛਾ ਜੀ, ਆ ਪਹਿਲੇ ਬਚਪਨ ਦੇ ਵਿੱਚ ਜਦੋਂ ਮੈਂ ਸੁਣਦਾ ਸਾਂ ਨਾ ਲੋਕਾਂ ਕੋਲੋਂ ਬਈ ਪਾਕਿਸਤਾਨ ਦੁਨੀਆ ਦੇ ਉੱਤੇ ਕਿਆਮਤ ਤੱਕ ਕਾਇਮ ਰਹੇਗਾ, ਮੈਨੂੰ ਯਕੀਨ ਨਹੀਂ ਸੀ ਆਉਂਦਾ। ਅੱਛਾ, ਅੱਜ ਕੱਲ੍ਹ ਦੇ ਹਾਲਾਤ ਵੇਖ ਕੇ ਮੈਨੂੰ ਯਕੀਨ ਹੋ ਗਿਆ ਕਿ ਪਾਕਿਸਤਾਨ ਇਸ ਦੁਨੀਆ 'ਤੇ ਕਿਆਮਤ ਤੱਕ ਕਾਇਮ ਰਹੇਗਾ। ਪੁੱਛ ਕਿਉਂ? ਕਿਉਂ? ਸਾਰੀ ਦੁਨੀਆ ਤਰੱਕੀ ਕਰਕੇ ਚੰਦ 'ਤੇ ਮਰੀਖ 'ਤੇ ਟੁਰ ਜਾਏਗੀ, ਇਹ ਇੱਥੇ ਹੀ ਆਉਣ, ਕਿਉਂਕਿ ਤਰੱਕੀ ਕਰਦੀਆਂ ਨੇ ਕੌਮਾਂ, ਇਹ ਤਾਂ ਕੌਮ ਹੈ ਹੀ ਨਹੀਂ। ਜਿਸ ਦਿਨ ਇਹ ਕੌਮ ਬਣ ਗਈ ਸਾਰੀ ਦੁਨੀਆ ਫਤਿਹ ਕਰੇਗੀ। ਅੱਛੀ ਗੱਲ ਕੀਤੀ ਹੈ ਨਾ? ਬਿਲਕੁਲ। ਇੱਥੇ ਗਲੋ ਮੈਂ ਪਿਸਤੌਲ ਲਾਇਆ ਵਾਂ। ਹੈਲੋ ਬਾਈ ਜੀ, ਇਹਨੂੰ ਤਾਂ ਮੈਂ ਮੁਕਾਵਾਂ, ਇਹ ਖੁਸ਼ਹਾਲ ਤਾਂ ਨਹੀਂ ਨਾ ਰਹਿ ਸਕਦਾ। ਅਲੀ ਜਾ, ਖੁਸ਼ਹਾਲੀ ਸਾਰੀ ਜ਼ਿੰਦਗੀ 'ਚ ਹੁਣ ਵੇਖੀ ਤਾਂ ਮੈਂ ਤੁਹਾਡੇ ਮੱਥੇ ਲੱਗਾ। ਮੈਂ ਤਾਂ ਪਿੰਡ ਤੋਂ ਲੈ ਕੇ ਸ਼ਹਿਰ ਤੱਕ, ਬਚਪਨ ਤੋਂ ਲੈ ਕੇ ਹੁਣ ਤੱਕ ਤੁਹਾਡੀਆਂ ਦੁਆਵਾਂ ਨਾਲ ਛਿੱਤਰ ਹੀ ਖਾਧੇ ਨੇ। ਓ ਸੇਮ ਲਾਈਕ ਮੀ, ਹੋਇਆ ਕੀ? ਅਲੀ ਜਾ, ਪਿੰਡ ਦੇ ਵਿੱਚ ਲੰਬੜਾਂ ਦੇ ਬੂਹੇ ਦੇਖ ਕੇ ਖਲੋ ਕੇ ਮੈਂ ਸਿਰਫ ਗਾਣਾ ਹੀ ਗਾਇਆ। ਓ ਕੀ? ਅੱਜ ਮੈਂ ਉੱਪਰ ਆਸਮਾਨ ਨੀਚੇ, ਚਾਰ ਬੰਦੇ ਆਏ, ਉਹਨਾਂ ਕਹਿੰਦਾ ਜਿਹੜਾ ਤੂੰ ਆਖ ਰਿਹਾ, ਅੱਜ ਮੈਂ ਉੱਪਰ ਆਸਮਾਨ ਨੀਚੇ। ਓਏ ਆਸਮਾਂ ਤੇ ਸਾਡੀ ਕੁੜੀ ਦਾ ਨਾਂ ਤੇਰੀ ਭੈਣ ਨੂੰ ਪਾਉ ਲਵਿਆ। ਅੱਛਾ ਅਲੀ ਜਾ, ਮੈਂ ਜੁੱਤੀਆਂ ਖਾ ਕੇ ਉੱਥੋਂ ਦੌੜ ਲਾਈਏ, ਅੱਗੇ ਦੋ ਤਿੰਨ ਔਰਤਾਂ ਖਾ ਲੈ ਤੇ ਕੱਪੜੇ ਪਈਆਂ ਧੋਣ, ਨਾਲੇ ਗਾਣਾ ਪਈਆਂ ਗਾਉਣ। ਓਕੇ, ਚੋਲੀ ਕੇ ਪੀਛੇ ਕਿਆ ਹੈ, ਚੋਲੀ ਕੇ ਪੀਛੇ, ਮੈਂ ਸਿਰਫ ਦੱਸਿਆ ਹੀ ਆ ਇੱਥੇ ਹੁੰਦਾ ਕੀ ਹੈ। ਅਲੀ ਜਾ, ਉਹਨਾਂ ਨੇ ਮੈਨੂੰ ਜੁੱਤੀ ਫੇਰੀ, ਮੇਰਾ ਮੂੰਹ ਕਾਲਾ ਕਰਕੇ ਮੈਨੂੰ ਖੋਤੀ ਤੇ ਬਿਠਾ ਕੇ ਪਿੰਡੋਂ ਹੀ ਕੱਢ ਦਿੱਤਾ। ਅੱਛਾ, ਖੋਤੀ ਅੱਗੋਂ ਟੁਰੇ ਹੀ ਨਾ। ਓ ਦਿੱਲੀ। ਮੈਂ ਫਿਰ ਲਈਆਂ ਕਰਿਆਨੇ ਵਾਲੀ ਦੁਕਾਨ ਤੋਂ 15 ਦੀਆਂ ਲਾਲ ਮਿਰਚਾਂ। ਅੱਛਾ ਅਲੀ ਜਾ, ਖੋਤੀ ਬੱਸਾਂ ਕ੍ਰਾਸ ਕਰਦੀ ਜਾਏ। ਉਹ ਥੋੜੀ ਜਿਹੀਆਂ ਤੂੰ ਆਪਣੇ ਆਪ ਨੂੰ ਲਾ ਲੈਂਦਾ ਨਾ, ਉਹ ਤੂੰ ਖੋਤੀ ਕ੍ਰਾਸ ਕਰ ਜਾਣੀ। ਅਲੀ ਜਾ, ਜਿਹਦੀ ਖੋਤੀ ਸੀ ਉਹਨੇ ਮੇਰੇ ਤੇ ਚੋਰੀ ਦਾ ਪਰਚਾ ਦੇ ਕੇ ਮੈਨੂੰ ਚੁੱਕ ਕੇ ਸੁੱਟ ਦਿੱਤਾ ਥਾਣੇ। ਬਈ ਮੈਂ ਥਾਣੇ ਪਹੁੰਚਿਆ, ਉੱਥੇ ਨਾ ਕੋਈ ਬੰਦਾ ਤੇ ਨਾ ਕੋਈ ਪਰਿੰਦਾ, ਸਿਪਾਹੀ ਸਿਪਾਹੀ। ਇੱਕ ਸਿਪਾਹੀ ਸਾਹਿਬ ਕਿਤੇ ਚਾਹ ਪੇ ਪੀਣ, ਉਹਨੇ ਕਹਾ ਚਾਹ ਪੀਣੀ ਹੋ? ਮੈਂ ਕਿਹਾ ਜੀ ਪੀ ਲਾਂਗੇ। ਕਹਿੰਦਾ ਇੱਥੇ ਭੈਣ ਵੀ ਆਈ ਤੇਰੀ ਭੈਣ ਨੂੰ ਤੇਰੀ ਨੂੰ। ਅਲੀ ਜਾ, ਮੈਂ ਜੁੱਤੀਆਂ ਖਾ ਕੇ ਸਿੱਧਾ ਹੋਇਆ, ਇੱਕ ਸਿਪਾਹੀ ਸਾਹਿਬ ਕਿਤੇ ਬੋਤਲ ਪੇ ਪੀਣ। ਅੱਛਾ, ਉਹਨੇ ਕਹਾ ਬੋਤਲ ਪੀਣੀ ਹੋ? ਮੈਂ ਸੋਚਿਆ ਪਹਿਲੇ ਹਾਂ ਕੀਤੀ ਸੀ ਤੇ ਪਈਆਂ ਸਨ। ਮੈਂ ਕਿਹਾ ਜੀ ਮੈਂ ਕੋਈ ਨੀ ਪੀਣੀ। ਸਿਪਾਹੀ ਕਹਿੰਦਾ ਸਾਨੂੰ ਨਾ ਕੀਤੀ ਤੇਰੀ ਭੈਣ ਨੂੰ ਪਾਓ ਲੰਮੇ ਆ। ਅੱਛਾ ਅਲੀ ਜਾ, ਮੈਂ ਜੁੱਤੀਆਂ ਖਾ ਕੇ ਸਿੱਧਾ ਹੋਇਆ, ਸਾਹਮਣੇ SHO ਸਾਹਿਬ ਕੜਾਈ ਗੋਸ਼ਤ ਪੇ ਖਾਂ, ਮੈਂ ਡਰਦਾ ਵੇਖਾਂ ਨਾ ਕਿਤੇ ਪੁੱਛ ਨਾ ਲੈਣ। ਅਖੀਰ ਉਹਨਾਂ ਮੈਨੂੰ ਆਖਿਆ ਜਵਾਨਾ ਰੋਟੀ ਖਾਣੀ ਹੋ? ਮੈਂ ਸੋਚਿਆ ਹਾਂ ਕੀਤੀ ਤਾਂ ਪਈਆਂ, ਨਾ ਕੀਤੀ ਤਾਂ ਪਈਆਂ। ਮੈਂ ਚਲਾਕੀ ਕੀਤੀ, ਮੈਂ ਬੋਲਿਆ ਹੀ ਨਹੀਂ। ਅੱਛਾ, ਮੈਨੂੰ SHO ਸਾਹਿਬ ਕਹਿੰਦੇ ਉਹ ਕੰਜਰਾ ਤੂੰ ਬੋਲਣ ਨਹੀਂ ਡਿਆ, ਸਾਡੇ ਮੂੰਹ ਨੂੰ ਕੁੱਤਾ ਵੱਜਾ ਤੇਰੀ ਭੈਣ ਨੂੰ। ਅਲੀ ਜਾ, ਮੈਂ ਜੁੱਤੀਆਂ ਖਾ ਖਾ ਕੇ ਥਾਣੇ ਚੋਂ ਨਿਕਲਿਆ। ਅੱਛਾ, ਮੈਂ ਜਿਹੜਾ ਕਾਰੋਬਾਰ ਕੀਤਾ ਤੁਹਾਡੀਆਂ ਦੁਆਵਾਂ ਨਾਲ ਨੁਕਸਾਨ ਜ਼ਲਾਲਤ ਕੱਖ ਨਹੀਂ ਬਚਿਆ। ਮਸਲਨ ਐ ਮੈਂ ਪਠਾਣਾ ਦੇ ਨਾਲ ਬਰਫ਼ ਦਾ ਕਾਰੋਬਾਰ ਸ਼ੁਰੂ ਕੀਤਾ। ਅਕਬਰ ਪਠਾਣ ਨਾਲ? ਉਹਨਾਂ ਦੀ ਮੈਨੂੰ ਸਮਝ ਨਹੀਂ ਆਈ। ਅੱਛਾ, ਆ ਇੱਕ ਪਠਾਣ ਇੰਨੀ ਬਰਫ਼ ਹੱਥ 'ਚ ਫੜ ਕੇ ਸਿਰਫ ਵੇਖੀ ਜਾ ਰਿਹਾ। ਨਾਕਾ ਖਾਨ ਸਾਹਿਬ ਕਿਆ ਹੁਆ? ਕਹਿੰਦਾ ਉਹ ਸਮਝ ਨਹੀਂ ਆ ਰਹਾ ਯੇ ਲੀਕ ਕਿੱਧਰ ਸੇ ਕਰ ਰਹਾ ਹੈ। ਅਲੀ ਜਾ, ਪਠਾਣਾ ਤੋਂ ਮੈਂ ਕਾਰੋਬਾਰ ਛੱਡ ਕੇ ਸ਼ੇਖਾਂ ਦਾ ਕਾਰੋਬਾਰ। ਅੱਲਾ, ਸ਼ੇਖਾਂ ਦੀ ਮੈਨੂੰ ਸਮਝ ਨਹੀਂ ਆਈ। ਅੱਛਾ ਜੀ, ਆ ਇੱਕ ਸ਼ੇਖ ਸਾਹਿਬ ਇੱਕ ਕੋਠੇ ਤੇ ਤਵਾਇਫ ਦੇ ਕੋਲ ਗਏ, ਅਗੋ ਤਵਾਇਫ ਸ਼ੇਖ ਸਾਹਿਬ ਨੂੰ ਕਹਿੰਦੀ ਸ਼ੇਖ ਸਾਹਿਬ ਆਪਣੇ ਗਲੇ ਵਾਲੀ ਚੈਨ ਮੈਨੂੰ ਦੇ ਦਿਓ, ਜਦੋਂ ਮੈਨੂੰ ਤੁਹਾਡੀ ਯਾਦ ਆਏਗੀ ਮੈਂ ਤੁਹਾਡੀ ਚੇਨ ਵੇਖ ਲਾਂਗੀ। ਉਹ ਅਗੋ ਸ਼ੇਖ ਸੀ। ਅੱਛਾ, ਉਹ ਕਹਿੰਦਾ ਤੂੰ ਇਹ ਜ਼ਿਹਨ 'ਚ ਰੱਖ ਕੇ ਯਾਦ ਕਰ ਲਈ ਕਿ ਮੈਂ ਮੰਗੀ ਸੀ ਉਹਨੇ ਦਿੱਤੀ ਨਹੀਂ।
ਸਪੀਕਰ ਲੱਗੇ ਹੁੰਦੇ ਨੀ, ਡੈਕ ਚੱਲਦਾ ਈ ਤੇ ਸਪੀਕਰ ਵੱਜਦੇ ਨੀ। ਕੇਸਟ ਨਾ ਚੱਲੇ, ਰੂਲੇ ਨੂੰ ਥੁੱਕ ਲਾਓ, ਕੇਸਟ ਭੱਜੀ ਫਿਰਦੀ। ਬਈ ਤੈਨੂੰ ਮੁਬਾਰਕ ਹੋਵੇ, ਤੇਰਾ ਖਸਮ ਤੇ ਸਾਇੰਸਦਾਨ ਹੈ। ਅਲੀ ਜਾ, ਮੈਂ ਤੇ ਖੁਦਕੁਸ਼ੀ ਕਰਨ ਵਾਸਤੇ ਜਾ ਰਿਹਾ ਸੀ। ਅੱਛਾ, ਬਸ ਰਾਹ 'ਚ ਇੱਕ ਕਬਰਸਤਾਨ ਆਇਆ, ਉੱਥੇ ਇੱਕ ਬਾਬਾ ਕਬਰ ਟੁੱਟੀ 'ਚ ਲੱਤਾਂ ਲਮਕਾ ਕੇ ਇੱਕੋ ਹੀ ਗੱਲ ਕਰ ਰਿਹਾ ਸੀ, 22,700, 22,700, 22,700। ਅਲੀ ਜਾ, ਉਹ ਨੰਬਰ ਲਾਇਆ, ਪੂਰੇ 20 ਲੱਖ ਦਾ ਇਨਾਮ ਲੱਗਾ ਮੇਰਾ। ਅੱਛਾ ਜੀ, ਉਹ ਮੇਰੇ ਸਹੁਰਾ ਜੀ ਨੇ? ਉਹ ਸਾਡੇ ਲਈ ਤੇ ਤੁਸੀਂ ਸਾਡੇ ਸਹੁਰਾ ਜੀ ਹੋ ਜਨਾਬ। ਕੀ ਹੋ ਗਿਆ ਜੀ? ਅਲੀ ਜਾ, ਮੇਰਾ ਇਨਾਮ ਲੱਗਾ, ਮੈਂ ਤੇ ਪੂਰੇ ਪਿੰਡ ਨੂੰ, ਪੂਰੇ ਇਲਾਕੇ ਨੂੰ ਦੱਸ ਆਇਆ, ਇਸ ਟੈਲੀਵਿਜ਼ਨ ਵਾਲਿਆਂ ਨੂੰ ਦੱਸ ਆਇਆ, ਟੀਪੀ ਵਾਲਿਆਂ ਨੂੰ ਦੱਸ ਆਇਆ, ਸਹੇਲ ਨੂੰ ਦੱਸ ਆਇਆ, ਬਈ ਇਹ ਉਹ ਬਾਬਾ ਜਿਹੜਾ ਨੰਬਰ ਲਾਉਂਦਾ, 20 ਲੱਖ ਦਾ ਇਨਾਮ, 1,00,000 ਰੁਪਈਆ ਮੈਂ ਚੜਾਵਾ ਚੜਾਉਣ ਆਇਆ, ਨਾਲ ਮਠਿਆਈ ਵਾਲਾ ਡੱਬਾ। ਅੱਛਾ ਜੀ, ਅਜੀ ਉਹ ਇਸ ਬਾਬੇ ਦੀ ਤੇ ਮੈਂ ਇੱਜ਼ਤ ਹੀ ਨਹੀਂ ਕੀਤੀ, ਇਹ ਤਾਂ ਪੂਰਾ ਬਾਬਾ ਹੈ। ਇੱਕ ਵਾਰੀ ਮੈਨੂੰ ਉਹਨਾਂ ਦਾ ਮੁਖੜਾ ਵਹਾ ਦਿਓ, ਅਸੀਂ ਟੁਰ ਜਾਣਾ ਜੀ। ਨਹੀਂ 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 ਬਾਬਾ ਜੀ, ਮਿਲ ਨਹੀਂ ਸਕਦੇ। ਕਿਉਂ ਜੀ? 200-200 ਸਾਲ ਚਿੱਲਾ ਕਰਦੇ ਨੇ, ਉਹ ਤਾਂ 10 ਮਿੰਟ ਵਾਸਤੇ ਬਾਹਰ ਆਉਂਦੇ ਨੇ ਤੇ ਬਸ ਐਵੇਂ ਫਿਰ ਟੁਰ ਜਾਂਦੇ ਨੇ। ਆਪਣੇ ਮੈਂ ਕੋਈ ਨੀ ਮਿਲ ਜਾਵਾਂ, ਆਪੇ ਬਣ ਲਾਂਗਾ ਬਿਲ, ਚਵਲ ਜਾਣਾ ਹੋਵੇ ਤੇ
ਇੱਥੇ ਮੈਂ ਲੋਕਾਂ ਨੂੰ ਝੂਠਾ ਬਾਬਾ ਬਣ ਕੇ ਗਲਤ ਗੱਲ ਮਸ਼ਵਰੇ ਦੇ ਆ। ਓਏ ਇੱਥੇ ਲੋਕ ਲੁੱਟੀ ਜਾਂਦੇ ਨੇ ਸਾਰੀ ਦੁਨੀਆ ਨੂੰ, ਤੂੰ ਬਾਬਾ ਨਹੀਂ ਬਣ ਸਕਦਾ ਬਾਬਾ। ਮੈਂ ਨਹੀਂ ਬਣਨਾ ਬਾਬਾ, ਮੈਂ ਨਹੀਂ ਦੇਣਾ ਕਿਸੇ ਨੂੰ ਧੋਖਾ। ਬਸ ਠੀਕ ਹੈ, ਜੇ ਨਹੀਂ ਤਾਂ ਫਿਰ ਆਪਣੀ ਧੀ ਰੱਖ ਤੇ ਮੈਂ ਆਪਣਾ ਸਮਾਨ ਲੈ ਕੇ ਬਲੈਕ ਮਿਲਾਂਗੇ ਪੁੱਤਰਾ, ਮੈਂ ਦੱਸ ਦੇ ਤੈਨੂੰ ਇਹ ਬੜਾ ਗੁਨਾਹ ਹੋਣਾ ਹੀ, ਇਹ ਸਾਰਾ ਗੁਨਾਹ ਤੇਰੇ ਸਿਰ ਹੋਣਾ ਹੀ। ਮੇਰੇ ਸਿਰ ਤੇ ਪਵੇ ਲੇਕਿਨ ਤੂੰ ਬਾਬਾ ਬਣੇਗਾ ਤਾਂ ਤੇਰੀ ਧੀ ਵਸੇਗੀ। ਇਸ ਤੋਂ ਇਲਾਵਾ ਹੋਰ ਕੋਈ ਚਾਰਾ ਨਹੀਂ। ਕੋਈ ਚਾਰਾ ਨਹੀਂ, ਠੀਕ ਹੈ ਫਿਰ ਮੈਂ ਬਾਬਾ ਬਣ ਜਾਂਦਾ, ਜੋ ਹੋਏਗਾ ਤੇਰੇ ਸਿਰ ਤੇ ਹੋਏਗਾ। ਤੂੰ ਬਾਬਾ ਮੰਨ ਗਿਆ? ਓਏ ਮੁਸਲਮਾਨਾਂ ਦੀ ਇਮਾਨ ਕਮਜ਼ੋਰ ਨੇ, ਇਹਨਾਂ ਨੂੰ ਲੁੱਟੋ। ਕੀ ਗੱਲ, ਉਹ ਸਾਰੇ ਬਿੱਲ ਤੂੰ ਦੇਗਾ? ਮੈਂ ਦੇਵਾਂਗਾ ਬਿਜਲੀ ਗੈਸ ਪਾਣੀ ਸਾਰੇ ਮੈਂ ਦੇਵਾਂਗਾ। ਉਹ ਬੁੱਢੀ ਤੇਰੀ ਵੇਚ ਆਇਆ ਕਿਧਰੇ? ਯਾਰ ਦਿਆ ਬੱਚਾ ਕਦੀ ਕਿਸੇ ਨੂੰ ਯਾਰ ਹੋਈ ਘਰ ਹਲਕਾ ਜਿਹਾ ਹੋਰ ਪੀਨਾ ਹੋ ਗਿਆ। ਸਾਰੇ ਮਹੱਲੇ ਦੇ ਬੂਹੇ ਖੜਕਾਣ ਡਿਆ। ਇੱਕ ਬਾਬਾ ਬਾਹਰ ਨੂੰ ਕਹਿੰਦੇ, ਬਾਬਾ ਜੀ ਆ ਜਾ। ਇਸ ਤਰ੍ਹਾਂ ਦਾ ਕੋਈ ਮਜ਼ਾ ਨਹੀਂ ਆਉਣਾ ਫਿਰ। ਸਾਰੇ ਮਹੱਲੇ ਦੇ ਬੂਹੇ ਖੜਕਾਣ ਡਿਆ। ਇੱਕ ਬਾਬਾ ਕਹਿੰਦੇ ਕੀ ਹੋਇਆ? ਕਹਿੰਦਾ ਆਪਣੇ ਜਵਾਨ ਮੁੰਡੇ ਬਾਹਰ ਨਾ ਕੱਢਣਾ। ਕਹਿੰਦੇ ਕਿਉਂ? ਦਹਿਸ਼ਤ ਕਰਦੀ ਹੋਣੀ। ਕਹਿੰਦੇ ਨਹੀਂ, ਮੇਰੀ ਭੈਣ ਨੇ ਮੱਛੀ ਖਾਧੀ ਹੈ। ਆ ਰਹੇ ਆ ਰਹੇ ਡਾਕਟਰ ਨੂੰ ਜਾ ਕੇ ਕਹਿੰਦਾ, ਜਨਾਬ ਵਿਹਲੇ ਹੀ ਹੋ, ਮੈਂ ਦਾੜ ਕਢਾਉਣੀ। ਉਹ ਕਹਿੰਦਾ ਮੈਂ 3 ਦਿਨ ਤੋਂ ਵਿਹਲਾ, ਮੇਰੇ ਲੋ ਭੈਣ ਕਢਾ ਲਾ। ਤੁਸੀਂ ਸਾਰੇ ਉਹਨੇ ਰਲੇ ਹੋ, ਮੇਰੀ ਗੱਲ ਤੇ ਹੱਸਦਾ ਹੀ ਨਹੀਂ। ਮੈਂ ਕਹਿੰਦਾ ਆਪਣੀ ਭੈਣ ਨੂੰ ਕਾਲੀ ਦਾਸ ਕਰਾਉਣ ਕੇ ਗੇਟ ਤੇ ਖੜੋ ਕਹਿੰਦੇ, ਭੈਣਾ ਕੁਛ ਬਣ ਕੇ ਨਿਕਲੀ, ਉਹ ਮਾਂ ਬਣ ਕੇ ਨਿਕਲੀ ਉੱਥੋਂ। ਤੀਸਰੀ ਮੰਜ਼ਲ ਤੇ ਆ ਤਾਂ ਸੋਚਣ ਦੇ ਆ, ਉਹ ਮੇਰਾ ਤੇ ਪੁੱਤਰ ਹੀ ਕੋਈ ਨਹੀਂ। ਥੱਲੇ 5ਵੀਂ ਮੰਜ਼ਲ ਤੇ ਗਿਆ ਤੇ ਕਹਿੰਦਾ, ਉਹ ਮੇਰਾ ਤੇ ਵਿਆਹ ਵੀ ਨਹੀਂ ਹੋਇਆ। ਜ਼ਮੀਨ 'ਚ ਵੱਜਾ ਤੇ ਕਹਿੰਦਾ, ਆ ਲਓ ਉਹ ਮੇਰਾ ਨਾਂ ਤੇ ਸਾਦਕ ਵੀ ਨਹੀਂ। ਸਾਰਾ ਜਿਹੜਾ ਕੋਈ ਨਸ਼ੇ 'ਚ ਹੋ ਜਾਂਦਾ, ਸਾਡੀ ਵੀ ਨਸ਼ੇ 'ਚ ਹੋ ਜਾਂਦਾ। ਚਲੋ ਜਾ ਰਕਸ਼ਿਆਂ ਨੂੰ ਕਹਿੰਦਾ, ਹੀਰਾ ਮੰਡੀ ਜਾਣਾ ਕਿੰਨੇ ਪੈਸੇ? ਉਹ ਕਹਿੰਦਾ 200 ਰੁਪਈਆ। ਕਹਿੰਦਾ ਮੈਂ ਕੋਈ ਤਮਾਸ਼ ਵੀ ਨਹੀਂ, ਮੇਰਾ ਘਰ ਹੈ ਉੱਥੇ। ਅੱਛਾ ਅੱਛਾ ਭਰਾਵਾ ਇੱਧਰ ਆ ਗਏ, ਲੜਾਈ ਵਾਲੀ ਗੱਲ ਇੱਥੋਂ ਵੀ ਫੀਨੇ ਨਜ਼ਰ ਆ। ਜੇ ਮੁਸ਼ਕਲ ਨਾਲ ਬਾਟਾ ਤੋਂ ਜੁੱਤੀ ਲੈ ਹੀ ਬੈਠਾ। ਅੱਛਾ ਤੀਸਰੇ ਦਿਨ ਹੀ ਜਾ ਕੇ ਬਾਟਾ ਤੋਂ ਜੁੱਤੀਆਂ ਖਾਣ ਲਿਆ ਸੀ। ਕਿਉਂ? ਉਹਨੇ ਦੁਕਾਨ 'ਚ ਵੜ ਕੇ ਕਹਿੰਦਾ, ਆ ਬੜੀ ਗਰੰਟੀ ਦਿੰਦੇ ਹੋ ਜੁੱਤੀ ਦੀ, ਆ ਮੇਰੀ ਜੁੱਤੀ ਨੇ 3 ਦਿਨ ਨਹੀਂ ਕੱਢੇ। ਉਹ ਕਹਿੰਦਾ ਸਰ ਕੀ ਹੋਇਆ? ਕਹਿੰਦਾ ਆ ਮਸੀਤੋਂ ਚੁੱਕੀ ਗਈ ਆ। ਥੱਲੇ 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 ਹੋ ਪਿੰਡਾਂ 'ਚ ਨਾ ਜਾਲੀ ਬਾਬਾ ਬਣ ਕੇ ਕੁਝ ਮੇਂਗਣਾ ਪਾ ਕੇ ਮੇਂਗਣਾ ਗਿਣ ਕੇ ਲੋਕਾਂ ਨੂੰ ਤਰੀਕ ਦੱਸਦਾ ਸੀ। ਅੱਛਾ ਇੱਕ ਮਾਈ ਨੇ ਇਹਨੂੰ ਬਹੁਤ ਜੁੱਤੀਆਂ ਮਾਰੀਆਂ। ਇਹ ਪੂਜਾ ਉੱਥੇ ਭੁੱਲ ਗਿਆ ਨਾਲ ਲੇਲਾ ਬਜਾ ਸੀ, ਉਹਨੇ ਮੇਂਗਣਾ ਹੋਰ ਕਰ ਦਈਆਂ। ਸਵੇਰੇ ਮਾਈ ਇਹਨੂੰ ਆਣ ਕਹਿੰਦੀ, ਬਾਬਾ ਜੀ ਅੱਜ ਕਿੰਨੀ ਤਰੀਕ ਆ? ਕੁਝੇ 'ਚ ਹੱਥ ਪਾ ਕਹਿੰਦਾ, ਮਾਈ 75 ਤਰੀਕ ਆ। ਉਹ ਕਹਿੰਦੀ, ਬਾਬਾ ਕਦੀ 75 ਤਰੀਕ ਵੀ ਹੋਈ ਆ? ਅੱਗੋ ਚਵਲ ਨੂੰ ਕਹਿੰਦਾ, ਮੈਂ ਤੇਰਾ ਚਿੱਟਾ ਝਾਟਾ ਵੇਖਿਆ, ਨਹੀਂ ਤਾਂ ਤਰੀਕ ਤੇ 150 ਵੀ ਟੱਪੀ ਆ। ਮੇਰਾ ਛੋਟਾ ਭਰਾ, ਮੇਰਾ ਭਰਾ ਹੀ ਨਾਲੇ ਵੀ ਦੱਸ ਕੇ ਵੱਡਾ ਵੱਡਾ ਭਰਾ ਹੀ। ਉਹ ਨਾ ਮਾਮਾ ਤੈਨੂੰ ਮੈਂ ਪਹਿਲਾਂ ਜੰਮਣ ਕੀ ਦਿੱਤਾ, ਤੂੰ ਸ਼ੋਭਾ ਹੀ ਹੋ ਗਿਆ। ਨਾ ਮੈਂ ਪਹਿਲੇ ਨਾ ਮੇਰਾ ਦਿਓ ਮੇਰਾ ਦਿਓ ਨਾ ਹਾ ਮੇਰਾ ਦਿਓ ਨਾ ਹਾ ਮੇਰਾ ਦਿਓ ਨਾ ਮੇਰਾ ਕਾਕਾ ਮੇਰਾ ਬੱਚਾ ਮੇਰਾ ਦੋਨੋਂ ਮੇਰਾ ਮੋਰ।
बचाने ही बरजाई है तेरी ना पीतिया इस गल का फिर इस गल का ध्यान रखी क्यों ओने भी अगो आज मैं आस्था ढूंढ के आई हूं पता है ना मेरा फिर भी अल्लाह की कसम है इन्हें है बड़ा देर इन्हें क्या है मेनू अच्छा ठाकुर तो पास है मेरा दियोर देखे सीना देखे ना सीना हां सीना देखे सीना बस उन्हें घर भी जाना है आओ जी नाल जाना उन्हें किन्ना फिकर है मेरे देवर का डोला नहीं किथे ही हां किथे ही ओ मैं घर ही ला के रखा है ਕਿਤੇ ਬੰਦਾ ਭਾਰ ਚੁੱਕੀ ਫਿਰੇ ਡੋਲਾ ਦੇਖੀ ਮੇਰੇ ਦਿਓਰ ਦਾ ਕੀ ਬਾਤ ਸੇ ਤਾਂ ਲਵੇ ਹਾਂ ਤੂੰ ਇਹ ਸ਼ੁਕਰ ਕਰ ਤੇਰਾ ਇਹਦੇ ਨਾਲ ਵਿਆਹ ਹੋਇਆ ਨਹੀਂ ਤੇ ਜੇ ਮੇਰੇ ਨਾਲ ਵਿਆਹ ਹੁੰਦਾ ਨਾ ਉਹ ਤੂੰ ਤਾਂ ਬੱਚੇ ਹੀ ਇੰਜ ਜੰਮਣੇ ਸਨ ਜਿਵੇਂ ਕੁੱਕੜੀ ਆਂਡੇ ਦਿੰਦੀ ਕਿਵੇਂ ਐਵੇਂ ਗੱਲ ਕੀਤੀ ਆ ਆਹੂ ਨੇ ਜਾਂਦਾ ਮੈਂ ਦੌੜ ਲਾ ਅਰੇ ਤੇਰੇ ਗਲੀ ਗਲੀ ਰੋ ਰੋ ਦੁਹਾਈਆਂ ਉਹ ਜਾਣੇ ਨੀ ਲੱਗੀ ਸਲਾਲ ਲਾਈਆਂ ਲੱਗੀਆਂ ਤੇ ਦੁੱਖ ਵਕਰੇ ਲੱਗੀਆਂ ਤੇ ਦੁੱਖ ਵਕਰੇ ਪਿਆਸੇ ਹਰ ਵੇਲੇ ਯਾਰ ਦੇ ਦੀਦਾਰ ਦੇ ਇਹ ਰਹਿਣ ਵਾਲੇ ਉਸ ਬਾਜ਼ਾਰ ਦੇ ਜਿੱਥੇ ਕੰਜਰਾਂ ਨੇ ਪਾਈਆਂ ਨੇ ਦੁਹਾਈਆਂ ਇਹਨਾਂ ਤੀਆਂ ਪੈਣਾ ਉੱਥੇ ਨੇਵੇ ਆਈਆਂ ਤੇਰੇ ਸਿੰਘਾਂ ਦੇ ਪੈਸੇ ਵਕਰੇ ਬੜੇ ਅਫਸੋਸ ਦੀ ਰਵੀ ਦਿਲਦਾਰ ਵੇ ਨੱਕ ਤੇਰਾ ਮੂੰਹ ਤੋਂ ਕਿੰਨਾ ਭਾਰ ਵੇ ਲਾਲਾ ਦਵੇ ਮੈਨੂੰ ਟੱਕ ਠੀਕ ਹੈ ਤੇਰੀ ਇੱਥੇ ਮੰਗਣੀ ਹੋਈ ਹੋਈ ਹੈ ਨਾ ਤੇਰੀ ਵਜ੍ਹਾ ਤੇਰੀ ਸ਼ਾਦੀ ਨਹੀਂ ਹੋਣੀ ਤੇਰੀ ਵਜ੍ਹਾ ਤੋਂ ਮੇਰਾ ਵਿਆਹ ਨਹੀਂ ਹੋ ਰਿਹਾ ਨਹੀਂ ਹੋਣਾ ਵਿਆਹ ਉਹ ਇਹਦੇ ਪਿਓ ਨੇ ਕਿਹਾ ਜੇ ਤੂੰ ਕੰਮ ਕਰੇਗਾ ਤਾਂ ਵਿਆਹ ਹੋਣਾ ਉਂਝ ਨਹੀਂ ਹੋਣਾ ਮੈਂ ਸਾਰੀ ਜ਼ਿੰਦਗੀ ਕੰਮ ਕੀਤਾ ਹੀ ਨਹੀਂ ਤਾਂ ਮੈਂ ਹੁਣ ਕਿੱਥੋਂ ਕਰਾਂ ਮੇਰਾ ਵਿਆਹ ਨਾ ਨਾ ਹੋਇਆ ਹਾਂ ਅਤੇ ਫਿਰ ਮੇਰਾ ਹਿੱਸਾ ਇੱਧਰ ਹੀ ਰੱਖੋ ਚਲੋ ਠੀਕ ਹੈ ਇੰਨੀਆਂ ਇੰਨੀਆਂ ਬਾਹਾਂ ਵੱਢ ਕੇ ਤੈਨੂੰ ਦੇ ਦਿਆਂਗਾ ਮੇਰੀ ਗੱਲ ਸੁਣ ਇਹ ਤੇ ਕੁਛ ਕਰਦਾ ਨਹੀਂ ਹਾਂ ਤੂੰ ਹੀ ਕੁਛ ਕਰ ਲੈ ਹਾਂ ਸ਼ਾਮ ਪੈਣ ਦੇ ਜ਼ਰਾ ਚਲੋ ਤੇਰੀ ਤੇਰੀ ਸ਼ਾਦੀ ਦੀ ਖਾਤਰ ਮੈਂ ਨੌਕਰੀ ਕਰ ਲਾਂਗਾ ਅੱਛਾ ਮੈਂ ਬਸ ਕਿਸੇ ਦੀ ਡਰਾਈਵਰੀ ਕਰ ਲਾਂਗਾ ਪੱਕੀ ਗੱਲ ਬਾ ਜਦੋਂ ਤੇਰੀ ਸ਼ਾਦੀ ਹੋਈ ਫਿਰ ਮੈਂ ਛੱਡ ਦਿਆਂਗਾ ਉਹ ਠੀਕ ਆ ਉਹ ਠੀਕ ਆ ਮੇਰਾ ਵਿਆਹ ਹੋ ਜਵੇ ਤੂੰ ਨੌਕਰੀ ਕਰੇਗਾ ਨਾ ਮੈਂ ਕਿਸੇ ਨਾਲ ਗੱਲ ਕਰ ਲਾਂਗਾ ਇਹਨੂੰ ਇਹ ਪੁੱਛ ਪਹਿਲੇ ਡਰਾਈਵਰੀ ਚ ਇਹਨੂੰ ਲੱਭਣਾ ਕੀ ਲੱਭਣਾ ਉਹ ਕੁਛ ਵੀ ਨਾ ਲੱਭੇ ਤੈਨੂੰ ਤੇਰੀ ਜਨਾਨੀ ਤਾਂ ਲੱਭੇਗੀ ਇਹ ਗੱਲ ਹੈ ਇਹ ਤੇ ਜਨਾਨੀ ਦਾ ਪਤਾ ਹੀ ਨਾ ਕਿਹੜੀ ਪਤਾ ਹੈ ਨਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਆ ਜਾ ਓ ਵੇਖੋ ਚਾਚਾ ਭਰਜਾਈ ਵਾਲ ਕਿਵੇਂ ਪੂਰੀਆਂ ਪਾਉਂਦੇ ਆ ਉਹ ਚਾਚਾ ਇਹਦਾ ਚਿੱਟਾ ਸਿਰ ਆਦਾ ਛੱਡ ਕੇ ਆਇਆ ਬੱਲੇ ਆ ਯਾਰ ਉਹ ਤਸ ਕੁਛ ਮੰਗਾ ਬੱਲੇ ਆ ਤਸ ਕੁਛ ਲਿਆ ਤੂੰ ਦੁਕਾਨ ਸਜਾਈਏ ਅੰਦਰੋਂ ਹੀ ਲਿਆਏ ਹੋ ਅੱਜ ਆਹੋ ਲਿਆ ਬੱਚੇ ਚੱਲ ਵਿਛਾ ਨਵਾਣ ਨੂੰ ਠਾਕਰ ਨੂੰ ਆ ਨਾਲ ਹੀ ਆਏ ਫੱਟੇ ਦੇ ਹਾਂ ਚਾਹ ਫਟਾਫਟ ਕਰੋ ਚੰਗੀ ਕਰੋ ਭਈਆ ਆ ਚਿੱਟੀ ਚਾਦਰ ਵਿਛਾ ਰਹੇ ਹੋ ਪ੍ਰੋਗਰਾਮ ਕੀ ਹੈ ਇੱਥੇ ਗਿਟਕਾਂ ਪੜਨੀਆਂ ਨੇ ਸੋਹਣੇ ਜੇ ਨਾ ਗਿਟਕਾਂ ਪੜੀਆਂ ਗਈਆਂ ਤੇ ਫਿਰ ਬਰਫ਼ ਲਾ ਲਾਂ ਗਿਟਕਾਂ ਪੜਨ ਲੱਗੇ ਹਾਂ ਤੁਸੀਂ ਮਰ ਗਏ ਹੋ ਉਹ ਨਹੀਂ ਆ ਮਰ ਗਏ ਓਏ ਕੀ ਹੋਇਆ ਕਾਰਟੂਨ ਮੈਂ ਸਮਝਾ ਮੈਨੂੰ ਕਹਿ ਰਹੇ ਭਈਆ ਫਟਾ ਮੈਨੂੰ ਦੇਣਾ ਭਈਆ ਮੈਂ ਚੂੜੀਆਂ ਸਭਾ ਲਾ ਲਾਂਗਾ ਐ ਤੂੰ ਮੈਨੂੰ ਦੇਣਾ ਇਹਦੀਆਂ ਮੈਂ ਚੂੜੀਆਂ ਮਾਰਨੀਆਂ ਨੇ ਚਲੋ ਚਲੋ ਇਹਦਾ ਸਗਾ ਦਾਦਾ ਫੌਤ ਹੋ ਗਿਆ ਇਹਦੇ ਮੈਂ ਘਰ ਗਿਆ ਮੈਂ ਕਿਹਾ ਵੇਖ ਯਾਰ ਚਿੱਟੇ ਖੱਪਨ ਚ ਕਿੱਡਾ ਸੋਹਣਾ ਲੱਗਣ ਡਿਆ ਕੋਲੀ ਖਲੋਤਾ ਇੱਕ ਨਾ ਹਾਂਜੀ ਨਾਲ ਕਿਤੇ ਤਿਲਿਆ ਦੀ ਜੁੱਤੀ ਹੁੰਦੀ ਤੇ ਕਿਆ ਪਾ ਸੀ ਮੈਂ ਸਮਝਿਆ ਵਧੀਆ ਗੱਲ ਕਰੇਗਾ ਪਿਸਤੌਲ ਇੱਧਰ ਤੇ ਵੇਖੋ ਇਹਦੀ ਗੱਡੀ ਹਵਾ ਚ ਉੱਡ ਗਈ ਆਪਣੇ ਮੁਲਾਜ਼ਮ ਨੂੰ ਕਹਿੰਦਾ ਜਾ ਗੈਸ ਭਰਾ ਕੇ ਲਿਆ ਉਹ ਚਵਲ ਭਗਾਨੇ ਵਾਲੀ ਭਰਾ ਲਿਆ ਸਾਲਰ ਚੱਲ ਦਫਾ ਹੋ ਜਾ ਮੈਂ ਨਾ ਬਾਜਾ ਭਰਾ ਮੈਂ ਨਾ ਬਾਜਾ ਭਰਾ ਜੋ ਮੈਂ ਆਖਸਾਂ ਉਹ ਆਖਸੇ ਅੱਛਾ ਜੋ ਮੈਂ ਆਖਸਾਂ ਉਹ ਆਖਸੇ ਤੂੰ ਖੋਤੀ ਦਾ ਬੱਚਾ ਹੈ ਇਹੀ ਪਤਾ ਕਰਨਾ ਸੀ ਬਾਬਾ ਜੀ
ਬਾਬਾ ਜੋ ਕਹਿੰਦਾ ਹੋਵੇਗਾ। ਬਾਬਾ ਬੜਾ ਕਰਨੀ ਵਾਲਾ, ਜੋ ਕਹਿੰਦਾ ਹੋ ਜਾਂਦਾ। ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਇਹ ਕਹਿਣਾ, ਇਹ ਕਹਿਣਾ, ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਆਪਣੀ ਅੰਮੀ ਨੂੰ ਕਹੀ ਬਾਬਾ ਜੋ ਕਹਿੰਦਾ ਹੋ ਜਾਂਦਾ। ਪਰਸੋਂ ਬੜੀ ਪਰੇਸ਼ਾਨ ਸੀ, ਖਬਰੇ ਬਾਬਾ ਜੋ ਕਹਿੰਦਾ ਨਹੀਂ ਹੁੰਦਾ, ਹੋ ਜਾਂਦਾ। ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਬੜਾ ਪਹੁੰਚਿਆ, ਜੋ ਕਹਿੰਦਾ ਹੋ ਜਾਂਦਾ। ਫੀਨਾ ਮੇਰਾ ਸਾਲਾ, ਕਿਉਂਕਿ ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਜੀ, ਹਾਂਜੀ, ਅਸੀਂ ਤੁਹਾਡੇ ਮਲੰਗ ਆ। ਅੱਛਾ ਜੀ, ਸਾਨੂੰ ਨੀ ਯੋਗਤਾ ਕਰਨੀ ਆ, ਮਤਲਬ ਬਾਬੇ ਦੀ ਮਾਂ ਭੈਣ ਇੱਕ ਮੁੰਡੀ ਹੋਵੇ ਇੱਥੇ। ਅੱਛੀ ਗੱਲ ਹੈ, ਦੂਰ ਦੂਰ ਰਹਿੰਦੀਆਂ, ਮੈਂ ਕਹਿੰਦਾ ਇੱਕ ਹੀ ਹੋ ਜਾਣ। ਬਾਬਾ ਜੀ, ਹਾਂਜੀ, ਇੱਥੇ ਜਿਹੜਾ ਵੀ ਮੁਰੀਦ ਆਵੇ ਨਾ, ਹਾਂਜੀ, ਉਹ ਆਖੇ ਕਾਕਾ ਚਾਹੀਦਾ ਤੇ ਕਾਕਾ ਦੇਣਾ, ਉਹ ਆਖੇ ਜੀ ਨੰਬਰ ਚਾਹੀਦਾ ਤੇ ਐਵੇਂ ਕੋਈ ਨੰਬਰ ਬੋਲ ਦੇਣਾ, ਤੇ ਨਾਲ ਆਖਣਾ ਬਾਬਾ ਜੋ ਕਹਿੰਦਾ ਹੋ ਜਾਂਦਾ। ਅੱਛਾ ਜੀ, ਤੇ ਉਹਦੇ ਕੋਲੋਂ ਨਜ਼ਰ ਨਿਆਜ਼ ਉਹਨੂੰ ਕਹਿਣਾ ਲੈ ਕੇ ਆਵੇ, ਨਜ਼ਰ ਨਿਆਜ਼ ਲੈ ਕੇ ਆਵੇ। ਉਹ ਬਾਬੇ ਨਜ਼ਰ ਨਿਆਜ਼ ਨੂੰ ਨਾਲ ਹੀ ਲੈ ਆਵੇ, ਬੈਠੇ ਜੀ ਕੰਮ ਹੀ ਕੋਈ ਨੀ ਕਰਦੇ। ਪੈਸੇ 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 ਨਜ਼ਰ ਨਿਆਲ, ਓਏ ਦਰਬਾਰ ਵਾਲਾ ਮਾਹੌਲ ਬਣਾ ਪੁੱਤਰ। ਓਕੇ ਜੀ, ਹਾਂ, ਜਿਸਲੇ ਕੋ ਮਲੰਗ ਆਵੇ ਜਰਾ ਚੁੱਕ ਕੇ ਵਜਾਇਆ ਕਰ। ਬਾਬਾ ਜੋ ਕਹਿੰਦਾ ਹੋ ਜਾਂਦਾ। ਖੈਰ ਜਾ, ਅੰਨੀ ਦੇ ਇੰਨਾ ਜਲਦੀ ਹੋ ਜਾਂਦਾ। ਆਉਂਦਿਆਂ ਵੇਖ ਤੁਸੀਂ ਮੰਗਣ ਕੀ ਡਈ ਹੈ। ਬਾਬਾ ਜੋ ਕਹਿੰਦਾ ਹੋ ਜਾਂਦਾ। ਖੈਰ, ਬਾਬਾ ਐਡਾ ਹਕੀਮ, ਜੋ ਕਹਿੰਦਾ ਹੋ ਜਾਂਦਾ। ਠਹਿਰ ਜਾ ਪੁੱਤਰ ਜੇ, ਤੇ ਬਾਬੇ ਨੇ ਸਾਹ ਵੀ ਨਹੀਂ ਲਿਆ ਤੇ ਆਉਂਦਿਆਂ ਮੁੰਡਾ ਹੀ। ਵਾਹ ਜੀ ਵਾਹ, ਬਾਬਾ ਜੀ ਮੁੰਡਾ ਦੇ ਦਿਓ। ਹਾਂਜੀ, ਮੁੰਡਾ ਦੇ ਦਿਓ। ਫਿਰ ਨਾ ਵੇਖ, ਖੋਟੇ ਤੇ ਲੱਗੋ ਮੁੰਡਾ ਪਿਆ। ਮੁੰਡਾ ਐਵੇਂ ਨੀ ਹੁੰਦਾ ਕੁੜੀਏ, ਪਹਿਲੇ ਕੋਈ ਨਜ਼ਰ ਨਿਆਜ਼ ਚੜਾਵਾ ਚਾੜ ਤਾਂ ਕਿ ਮੁੰਡਾ ਹੋਵੇ। ਮੇਰੀ ਕੱਲ ਕਮੇਟੀ ਨਿਕਲੀ ਹੈ ਬਾਬਾ ਜੀ। ਪਰਸੋਂ ਤਾਂ ਤੇਰੀ ਫੁੱਫੀ ਨਿਕਲੀ ਸੀ, ਸਾਨੂੰ ਸਲਾਮ ਕਰਕੇ ਅੰਦਰ ਗਈ ਕਰਦੇ। ₹50,000 ਦੇ ਪੂਰਾ ਮੁੰਡਾ ਲੈਣੇ ਤੇ, ਘੱਟ ਪੈਸੇ ਦੇਣਗੀ ਤੇ ਮੁੰਡਾ ਵੀ ਘੱਟ ਹੀ ਹੋਏਗਾ। ਇੱਕ ਔਰਤ ਨੇ ਸਾਨੂੰ ₹5,000 ਕੱਟ ਦਿੱਤਾ ਸੀ, ਉਹਦੇ ਘਰ ਫੀਨਾ ਹੋਇਆ ਸੀ। ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਜੀ, ਹਾਂਜੀ, ਮੈਨੂੰ ਮੁੰਡਾ ਚਾਹੀਦਾ ਹਰ ਸੂਰਤ। ਮਿਲ ਜਾਏਗਾ ਪੁੱਤਰ, ਮਿਲ ਜਾਏਗਾ। ਬਾਕੀ ਦੇ ਬਾਅਦ ਚ ਤਾਂ ਦੇ ਦਾਂਗੇ, ਬਸ ਬਾਕੀ ਦੇ ਬਾਅਦ ਚ ਦੇਂਗੇ। ਮੁੰਡਾ ਵੀ ਫਿਰ ਉਂਝ ਹੀ ਹੋਣਾ ਹੀ, ਥੋੜਾ ਥੋੜਾ ਕਰਕੇ। ਬਸ ਇੱਕ ਗੱਲ ਯਾਦ ਰੱਖੀ ਸਾਡੀ, ਜੀ ਬਾਬਾ ਜੀ, ਔਲਾਦ ਤੇਰੇ ਘਰ ਹੋ ਜਾਏਗੀ, ਲੇਕਿਨ ਬੱਚਾ ਪਹਿਲੇ ਕਿੰਨੇ ਬੱਚੇ ਨੇ ਮੇਰੇ? 11 ਧੀਆਂ ਨੇ। 11 ਧੀਆਂ, 11 ਰਹਿਮਤਾਂ ਅੱਲਾ ਦੀਆਂ, ਸੁਭਾਨ ਅੱਲਾ। ਕਿੰਨਾ ਅਰਸਾ ਹੋਇਆ ਵਿਆਹ ਨੂੰ? 10 ਸਾਲ। 10 ਸਾਲ ਤੇ 11 ਧੀਆਂ, ਲੱਗਦੀ ਤੇ ਤੂੰ ਬਸੂਨ ਜਿਹੀ ਹੈ, ਲੇਕਿਨ ਸਾਲ ਤੂੰ ਛੱਡਿਆ ਕੋਈ ਨਹੀਂ ਹੈ। ਅੰਨੀ ਦੀ ਇਹ ਵਿੱਚ ਦੋ ਵੀ ਹੋਈਆਂ ਨੇ, ਜੁੜਵਾ ਹੋਈਆਂ, ਜੁੜਵਾ। ਹਾਂ, ਨਹੀਂ ਨਹੀਂ, ਹੋਣੀਆਂ ਸਨ, ਹੋਣੀਆਂ ਸਨ। ਠੀਕ ਹੈ, 11 ਧੀਆਂ ਜੀ ਬਾਬਾ ਜੀ, ਤੇ ਹੁਣ ਪੁੱਤਰ ਚਾਹੀਦਾ ਹੈ। ਹਾਂਜੀ, ਸਿਰਫ ਪੁੱਤਰ ਦੇ ਚੱਕਰ ਧੀਆਂ ਜੰਮੀ ਗਈਆਂ, ਕੀ ਕਰਦੀ ਫਿਰ? ਪਰ ਪੁੱਤਰ ਤਾਂ ਮੇਰਾ ਸੋਹਣਾ ਰੱਬ ਦਿੰਦਾ, ਅਸੀਂ ਦੁਆ ਕਰਾਂਗੇ ਰੱਬ ਤੈਨੂੰ ਪੁੱਤਰ ਦੇਗਾ। ਇਹ ਦੱਸ, ਬੰਦਾ ਕੀ ਕੰਮ ਕਰਦਾ ਜੀ? ਮੇਰਾ ਖਾਵਨ ਮਰ ਗਿਆ। ਤੇ ਬੇਟਾ, ਪੁੱਤਰ ਸੋਫੇ 'ਚ ਹੋਣ। ਬਾਬਾ ਜੋ ਕਹਿੰਦਾ ਹੋ ਜਾਂਦਾ, ਬਾਬਾ ਜੋ ਕਹਿੰਦਾ ਹੋ ਜਾਂਦਾ। ਹੈ ਜਾਨੀ ਦੇ ਮੈਂ ਬਾਬਾ ਕੰਜਰ,
ਉਹਦਾ ਖਾਮਦ ਵੀ ਨਹੀਂ ਆਉਂਦਾ ਤੇ ਬਾਬਾ ਐਵੇਂ ਬਚਾ ਦਿੰਦਾ। ਮੈਂ ਐਡਾ ਸੈਸੀ ਬਾਬਾ ਸ਼ਾਦੀ ਹੋ ਜਾਏਗੀ, ਅੱਲਾ ਇਹਨੂੰ ਪਹਿਲੇ ਖਸਮ ਦੇਗਾ ਫਿਰ ਕਾਕਾ ਦੇਗਾ। ਇਹ ਗੱਲ ਕਰੋ ਨਾ ਪੁੱਤਰ, ਪਹਿਲੇ ਤੇਰਾ ਵਿਆਹ ਹੋਏਗਾ, ਠੀਕ ਹੈ ਬਾਬਾ ਜੀ, ਫਿਰ ਤੇਰੇ ਘਰ ਚੰਨ ਵਰਗਾ ਕਾਕਾ ਹੋਏਗਾ। ਅੱਛਾ ਪੁੱਤਰ ਮੇਰੀ ਇਹ ਗੱਲ ਯਾਦ ਰੱਖੀ ਜੀ ਬਾਬਾ ਜੀ, ਤੈਨੂੰ ਉਹਦੇ ਲਈ ਚਿੱਲਾ ਕੱਟਣਾ ਪੈਣਾ। ਅਗਰ ਕੱਟ ਲੈਂਗੀ ਤੇ ਬੜੀ ਗੱਲ ਹੀ, ਆਪਣੀ ਛੱਤ ਤੇ ਖਲੋ ਕੇ ਰਾਤੀ 12:30 ਵਜੇ ਆਪਣੇ ਕੱਚ ਛੱਤ ਪਾ ਕੇ ਇੱਕ ਢੋਲਕੀ ਵਾਲਾ ਪਿੱਛੇ ਖੜਾ ਕਰਕੇ ਆਈ ਕਰਨੀ। ਮੁੰਡਾ ਲੰਮੇ ਨੱਕ ਵਾਲਾ ਹੋਏਗਾ। ਰੱਖੋ ਰੱਖੋ। ਨਹੀਂ ਬਾਬਾ ਜੀ ਕੁਝ ਹੋਰ ਦੱਸੋ। ਪੁੱਤਰ ਇਹ ਨਹੀਂ ਕਰੇਗੀ, ਆਪਣੀ ਛੱਤ ਤੇ ਹੱਥ ਰੱਖਣੇ ਪੁੱਤਰ, ਹੱਥ ਰੱਖ ਕੇ ਹਲਕਾ ਹਲਕਾ ਫਿਰ ਹੋ ਜਾਏਗਾ ਮੁੰਡਾ। ਅਸੀਂ ਦੁਆ ਕਰਾਂਗੇ ਜਦੋਂ ਬੱਚਾ ਹੋ ਜਾਏ ਇੱਥੇ ਆ ਕੇ 3 ਵਾਰੀ ਕਰਨੀ। ਮੈਂ ਕਰਕੇ ਲਾਂਗੀ ਪਰ ਆਵਾਜ਼ ਨਹੀਂ ਨਿਕਲੇਗੀ। ਤੁਸੀਂ ਰਵਾਂ ਜੀ ਕਰੀ ਆਵਾਜ਼, ਮੈਂ ਆਪੇ ਕੱਢ ਲਾਂਗਾ। ਚੜਾਵਾ ਚਾਲਣੀ ਜਾ ਕੇ ਇੰਡੀਆ ਦੇ ਲੇਟੈਸਟ ਗਾਣੇ ਦਾ। ਅੱਛਾ ਤਾਂ ਹਲਕਾ ਜਿਹਾ ਬਾਬੇ ਨੂੰ ਪਸੰਦ ਦੇ ਜ਼ਰਾ ਮੋਕਲ ਖੁਸ਼ ਕਰਨੇ ਹੁੰਦੇ ਨੇ, ਹਲਕਾ ਫੁਲਕਾ ਕਰਦੇ ਵਿੱਚ ਮੈਂ ਕਰ ਦਾਂਗੀ। ਹਾਂ ਉਹ ਵਾਲਾ ਕਰਾਂਗੀ, ਛੂਆ 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 ਹਰੀ ਰਿੰਗ ਰਿੰਗਾ ਰਿੰਗ ਰਿੰਗ ਰਿੰਗਾ। ਅੰਮੀ ਦੇ ਉਹਨੇ ਹੁਣੇ ਬਾਬੇ ਦਾ ਰਿੰਗਾ ਭਰ ਦੇਣਾ, ਤੈਨੂੰ ਪਤਾ ਨਹੀਂ ਲੱਗਾ ਹੁਣੇ। ਹਾਂਜੀ ਆ ਬਾਬਾ, ਬਾਬਾ ਜੋ ਕਹਿੰਦਾ ਹੋ ਜਾਂਦਾ ਬੜੇ ਬੜੇ। ਓਏ ਮੇਰੇ ਪਿਓ ਦਾ ਪਤਾ ਦੱਸ। ਆ ਗਿਆ ਜੇਲੋ, ਜੇਲ ਤੋੜ ਕੇ ਨੱਠ ਆਇਆ, ਕਾਨੂੰਨ ਦੀਆਂ ਜ਼ੰਜੀਰਾਂ ਤੋੜ ਕੇ। ਬਾਬੇ ਸਭ ਜਾਣਦੇ ਨੇ, ਬਾਬਾ ਜੀ ਤੁਸੀਂ ਸਭ ਜਾਣਦੇ ਹੋ। ਆਪਣੇ ਪਿਓ ਨੂੰ ਲੱਭ ਰਿਹਾ, ਉਹਨੇ ਤੇਰੇ ਜ਼ਿਆਦਤੀਆਂ ਕੀਤੀਆਂ ਨੇ, ਜੇਲ੍ਹ ਤੈਨੂੰ ਮਿਲਣ ਲਈ ਆਇਆ। ਬਾਬਾ ਜੀ ਤੁਹਾਨੂੰ ਪਤਾ ਇੱਕ ਸੈਕਿੰਡ ਬਾਅਦ ਇੱਥੇ ਕੀ ਹੋਣਾ? ਕੀ ਹੋਣਾ? ਤੁਹਾਨੂੰ ਮਾਰ ਪੈਣੀ ਹੈ ਬਾਬਾ ਜੀ। ਪੁੱਤਰ ਵੀਡੀਓ, ਪੁੱਤਰ ਵੀਡੀਓ ਐਡੀ ਦੂਰ ਵੀ ਨਹੀਂ ਜਾਣੀ। ਹੈਲੋ ਬੇਟਾ, ਹੈਲੋ ਬੇਟਾ, ਬੇਟਾ ਓਏ ਚੁੱਪ ਬੇਟਾ, ਸਿਰ ਬਾਬਾ ਨਹੀਂ ਚੜਾਵਾ ਉਧਰ ਵੀ ਚੜਾ। ਬਾਬਾ ਪੜਿਆ ਫਿਰਨਾ ਤੂੰ, ਹੱਥ ਨਾ ਚੁੱਕ ਛੱਡ ਦੇ ਤੂੰ ਬਾਬਾ। ਹੋਰ ਕੀ, ਮੈਂ ਬੇਲੱਭਾ ਬਾਬਾ। ਇਹ ਤੇ ਵੇਖੋ ਮਰੀਦ ਮਰਨ ਵਾਲੇ ਹੋਏ ਨੇ ਤੇ ਬਾਬਾ ਪਾਟਣ ਨੂੰ ਆਇਆ ਪਿਆ। ਆਪਣਾ ਪੁੱਤਰ ਨਜ਼ਰ ਨਿਆਜ਼ ਲੈਣੀ ਕੁਛ ਵੀ ਨਹੀਂ ਹੋਇਆ। ਉਹ ਬਾਬਾ ਜੋ ਕਹਿੰਦਾ ਹੋ ਜਾਂਦਾ। ਓਏ ਤੁਹਾਨੂੰ ਮੈਂ ਦੱਸ ਦਿਆਂ, ਤੁਹਾਨੂੰ ਮੇਰੇ ਗੁੱਸੇ ਦਾ ਨਹੀਂ ਪਤਾ।
ਮੈਂ ਆਪਣਾ ਪਿਓ ਲੱਭਣਿਆ ਤੂੰ ਨਾਲ ਭੈਣ ਨੀ ਪਾਉਂਦਾ। ਓਏ ਪਾਪਾ ਹਾਂਜੀ, ਜੇ ਤੂੰ ਏਡਾ ਪਾਪਾ ਕੋ ਐਸਾ ਕਰਤਬ ਕਰਕੇ ਵਹਾ ਕਿਲੇ ਤੇ ਖੋਤਾ ਕਰੇ ਤੇ ਜ਼ੋਰ ਤੇਰਾ ਲੱਗੇ ਘਰ ਕਰੋ ਜਿਲੇ ਤੇ ਕੌਣ ਕਰੇ ਹੁਣ ਇਸ ਟਾਈਮ ਖੋਤਾ ਅਰੇਂਜ ਨਹੀਂ ਹੈਗਾ ਮੈਂ ਕੀ ਕਰਾਂ ਬਾਬਾ ਜੀ। ਹਾਂਜੀ ਲੰਗਰ ਕਰ ਲਿਆ? ਕਰ ਲਿਆ ਜੀ। ਐ ਮਰੀਦ ਭੁੱਖੇ ਬੈਠੇ ਬਾਬਾ ਰਜਿਆ ਫਿਰ ਏਡਾ ਕਰਤਬ ਕਰ ਸਕਦਾ ਕੋਈ ਬਾਬਾ ਹੈ ਤੂੰ? ਜੇ ਤੂੰ ਏਡਾ ਬਾਬਾ ਹੈ ਕੋਈ ਐਸਾ ਤਮੀਜ਼ ਦੇ ਕੇ ਸ਼ੇਖ ਰਸ਼ੀਦ ਆਪਣੇ ਬਿਆਨਬਾਜ਼ੀ ਤੋਂ ਬਾਅਦ ਆ ਜਾਏ। ਜੇ ਤੂੰ ਬਾਬਾ ਹੈ ਕੋਈ ਐਸਾ ਤਮੀਜ਼ ਦੇ ਸਾਨੂੰ ਕਮ ਸੇ ਕਮ ਸਮਝ ਤੇ ਆਵੇ ਕਿ ਚੌਧਰੀ ਸ਼ਜਾਦ ਹੁਸੈਨ ਕਹਿਣ ਕੀ ਰਿਹਾ ਹੈ ਯਾਰ। ਜੇ ਤੂੰ ਏਡੇ ਹੀ ਬਾਬਾ ਹੈ ਕੋਈ ਐਸਾ ਤਮੀਜ਼ ਦੇ ਸਾਡੇ ਸਾਰੇ ਸਿਆਸਤਦਾਨ ਜੰਗਲਾਂ ਵੱਲ ਨਿਕਲ ਜਾਣ ਤਾਂ ਕਿ ਸਾਡੇ ਮੁਲਕ 'ਚ ਸਕੂਨ ਤੇ ਹੋ ਜਾਏ ਨਾ ਭਾਈ ਯਾਰ। ਇੰਨੀ ਤੇਰੀ ਖਾਹਿਸ਼ ਹੈ? ਹਾਂ ਇਹ ਬਾਬਾ ਨਹੀਂ ਕਰ ਸਕਦਾ। ਉਹਨੇ ਤੇ ਬਾਬੀ ਵੀ ਕੁੱਟ ਦਿੱਤੀ। ਓਏ ਤੁਹਾਨੂੰ ਪਤਾ ਨਹੀਂ ਜਿਹੜਾ ਆਏਗਾ ਉਹੀ ਰਗੜਿਆ ਜਾਏਗਾ। ਬਸ ਭਾਈ ਬਸ, ਦਰਬਾਰ ਬੰਦ ਹੋ ਗਿਆ। ਮੈਨੂੰ ਮੇਰਾ ਪਿਓ ਚਾਹੀਦਾ, ਮੇਰਾ ਪਿਓ ਦੇ ਲੱਭ ਕੇ। ਪਿਓ? ਹਾਂ ਭੇਜਿਆ, ਮੇਰਾ ਅੱਜ ਤੱਕ ਪਤਾ ਨੀ ਲਿਆ। ਇਹ ਵੇਖ ਰਹੇ ਹੋ ਕੀ ਲਿਖਿਆ? ਇਹ ਦਫ਼ਾ ਲਿਖੀ ਪੁੱਤਰ? ਇਹ ਦਫ਼ਾ ਨਹੀਂ ਲਿਖੀ, ਇਹ ਉਹਨਾਂ ਕੈਦੀਆਂ ਦਾ ਟੈਲੀਫੋਨ ਨੰਬਰ ਨੇ ਜਿਹਨਾਂ ਨੇ ਜੇਲ੍ਹ 'ਚ ਮੇਰੇ ਨਾਲ ਜ਼ਿਆਦਤੀ ਕੀਤੀ ਹੈ। ਔਰ ਉਸ ਜੇਲਰ ਤੇ ਮੈਨੂੰ ਬਹੁਤ ਗੁੱਸਾ, ਜਿਹੜਾ ਲਾਂਤੀ ਕਹਿੰਦਾ ਸੀ ਇਹਨੂੰ ਕੋੜੇ ਮਾਰੋ, ਅੰਦਰ ਜਾ ਕੇ ਕੋੜਾ ਮੇਰੇ ਹੱਥ 'ਚ ਫੜਾ ਦਿੰਦਾ ਸੀ। ਔਰ ਮੈਨੂੰ ਮੇਰਾ ਪਿਓ ਚਾਹੀਦਾ ਹੈ। ਸਾਹਮਣੇ ਆ ਪੁੱਤਰ। ਹਾਂ ਆਈ ਤੇਰਾ ਪਿਓ। ਓਏ ਅੱਪਾ ਤੂੰ? ਓ ਪੁੱਤਰ ਤੂੰ? ਓਏ ਮੈਂ ਤਾਂ ਇਹਨੂੰ ਹਰ ਵਾਰੀ ਭੇਜਦਾ ਤੇਰੀ ਜ਼ਮਾਨਤ ਕਰਾਉਣ ਲਈ, ਇਹ ਬਗੈਰ ਤਰੀਕ ਲੈ ਕੇ ਆ ਜਾਂਦਾ ਸੀ। ਓਏ ਤੂੰ ਤਰੀਕ ਲੈ ਕੇ ਆਉਂਦਾ ਸਾਂ? ਅੱਜ ਮੈਂ ਇਹਨੂੰ ਵੀ ਨਹੀਂ ਛੱਡਾਂਗਾ। ਬੰਨੋ ਰਾਗੀ ਬਾਬਾ ਜੀ ਬਚਾ, ਮੈਨੂੰ ਕਹਿੰਦੇ ਆ ਮੈਂ ਤੁਹਾਨੂੰ ਜ਼ਿੰਦਾ ਨਹੀਂ ਛੱਡਣਾ। ਬਸ ਮਿੰਡਾ ਬਾਬਾ ਜਲਾ ਚਾ, ਬਸ ਬੜੀ ਹੋ ਗਈ ਬਾਬੇ ਨਾਲ ਜਾ, ਹੁਣ ਬਾਬਾ ਇੱਥੇ ਨਹੀਂ ਰਹੇ। ਝੰਜਟੁਰ ਪੇ ਹੀ ਵਾਹ ਜੇ ਨਾਲ ਮੈਂ ਲੁੱਡੀਆਂ ਪਾਵਾਂ। ਬਹੁਤ ਅੱਛੇ, ਉਹ ਮਾਂ ਦਾ ਡਾਂਸ ਹੀ ਦੇਖਣ ਆ ਗਏ। ਉਹ ਖਲੋ ਜਾ ਕੁੱਕੜ ਦੇ ਮੁੰਡਿਆ। ਓ ਭਾਂਡਾ ਲਿਆ
ਕੀ ਟਾਈਮ ਹੋਇਆ ਬੀਨੇ ਨੂੰ ਤਲਬ ਸ਼ੁਰੂ ਹੋ ਗਈ। ਤੈਨੂੰ ਲੈ ਜਾਣ ਪਿਛਲੇ, ਮੈਨੂੰ ਲੈ ਜਾਣ ਅਗਲੇ, ਤੈਨੂੰ ਲੈ ਜਾਣ ਸੈਂਟਰ ਵਾਲੇ। ਚਲੋ 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 ਟੋਰੋ, ਮੈਂ ਸੈਂਟਰ ਵਾਲਾ ਟੋਰੋ, ਮੈਂ ਸੈਂਟਰ ਵਾਲਾ। ਓਏ ਤੂੰ ਸੈਂਟਰ ਵਾਲਾ ਐਲ ਐ ਮੇਰੇ ਲਈ ਇਹ ਕੀ ਹੈ, ਇਹ ਲੈ ਹੀ ਜਾ ਬਸ ਇੰਨਾ ਫੜਨ ਨੱਕ ਜਿੰਨਾ। ਨਹੀਂ ਤੂੰ ਤੇ ਉੱਥੇ ਨਹੀਂ ਬੈਠਾ, ਤੂੰ ਕਿਵੇਂ ਸੈਂਟਰ ਉਹ ਸੀਟ ਨਹੀਂ ਲੱਗੀ ਯਾਰ। ਅੱਛਾ ਇਹ ਮੈਂ ਕਿਹਾ ਜਾਨੂ ਮੈਨੂੰ ਪਤਾ ਲੱਗਿਆ ਕਿ ਗਵਰਨਮੈਂਟ ਨਜਾਇਜ਼ ਥੜੇ ਤੋੜਨ ਡਈ ਹੈ। ਯਾਰ ਕੀ ਹੋ ਗਿਆ ਯਾਰ, ਖੂਨ ਜਿਗਰ ਦਾ ਦੇ ਦੇ ਕੇ ਇੱਕ ਨਾਗ ਦਾ ਬਾਲ ਜਵਾਨ ਕੀਤਾ, ਉੱਕ ਰੱਖੇ ਦਿਲ ਦੀ ਸੁੰਦਰੀ ਤੇ ਉਹਦੀ ਮਸਤੀ ਦਾ ਸਾਮਾਨ ਕੀਤਾ, ਉੱਕ ਖੀਰ ਪਕਾ ਕੇ ਭੁੱਖਾਂ ਵਿੱਚ ਅਸਾ ਜੱਗ ਸਾਰਾ ਹੈਰਾਨ ਕੀਤਾ, ਜਦ ਡੰਗ ਮਾਰਿਆ ਤਦ ਹੋਸ਼ ਆਇਆ ਅਸਾ ਸ਼ਾਕਰ ਬਹੁ ਨੁਕਸਾਨ ਕੀਤਾ। ਇਹਦੇ ਘਰ ਵੜ ਕੇ ਹੋਏ ਮੇਰੇ ਪੈਸੇ ਜ਼ਾਇਆ, ਇਹਦੀ ਬਾਜੀ ਨੇ ਬੜਾ ਆਵਾਜ਼ਾਰ ਕੀਤਾ, ਲੇਕਿਨ ਤੇਰੀ ਬਾਜੀ ਬਹੁਤ ਹੀ ਚੰਗੀ ਏ, ਜਿੰਨਾ ਪੈਸਾ ਉਹਨੇ ਖਾਧਾ ਏ ਹਲਾਲ ਕੀਤਾ ਹੈ। ਬਹੁਤ ਬਦਤਮੀਜ਼ ਹੋ, ਬਹੁਤ ਹੀ ਬਦਤਮੀਜ਼ ਹੋ, ਸਮਝ ਗਏ? ਕਿੱਥੇ ਛਿੱਟਾ ਨੇ ਜੀ ਔਲਾਦ ਰੱਖੋ, ਤੁਹਾਨੂੰ ਕੀ ਏ ਤੁਹਾਡਾ ਪੁੱਤਰ ਲੱਭ ਗਿਆ। ਅੱਛਾ ਵੈਸੇ ਆਪਸ ਦੀ ਗੱਲ ਹੈ, ਮੈਨੂੰ ਪਤਾ ਲੱਗਾ ਮੇਰਾ ਕਾਸ਼ੀ ਏਡਾ ਜਵਾਨ ਹੋ ਗਿਆ, ਟਿਕਣ ਲੈ ਕੇ ਡਰਾਮਾ ਮੇਰਾ। ਓਏ ਛਿੱਟਾ ਨਾ ਪਾ, ਪਰਸੀਨਾ ਬਹੁਤ ਆਇਆ। ਸ਼ਰਾਰਤੀ ਸ਼ਰਾਰਤੀ, ਦਾਦੀ ਮੇਰੀ ਆ ਗਈ ਸ਼ਰਾਰਤੀ ਸ਼ਰਾਰਤੀ। ਵੱਡਾ ਹੋ ਗਿਆ ਹੁਣ ਛਿੱਟਾ ਹੋ ਗਈ ਆ। ਕਿੱਥੇ ਚਲੀ ਗਈ ਸੈ ਤੂੰ ਕੌਸਰ? ਮੇਰਾ ਪਿਆਰ, ਮੇਰੀ ਮੁਹੱਬਤ, ਮੇਰਾ ਇਸ਼ਕ, ਇਹ ਗਵਾਰਾ ਨਹੀਂ ਕਰਦਾ ਕਿ ਤੂੰ ਗਲੀ ਗਲੀ ਮੱਲੇ ਮੱਲੇ ਇਹਨਾਂ ਸਟੇਜਾਂ ਤੇ ਨੱਚੇ, ਆਖਰ ਤੂੰ ਇਹ ਨੱਚਣਾ ਗਾਣਾ ਛੱਡ ਕਿਉਂ ਨਹੀਂ ਦਿੰਦੀ? ਮੇਰੀ ਮਜਬੂਰੀ ਹੈ। ਕੀ ਮਜਬੂਰੀ ਹੈ ਤੇਰੀ? ਮੈਂ ਕਰਜ਼ਾ ਦੇਣਾ ਹੈ। ਤੇਰਾ ਸਾਰਾ ਕਰਜ਼ਾ ਮੈਂ ਦੇਵਾਂਗਾ। ਕਿੰਨੇ ਪੈਸੇ ਨੇ? 2 ਕਰੋੜ। ਆ ਨੱਚ ਲੈ ਫਿਰ 2.5 ਸਾਲ ਹੋਰ ਹਲੀ। ਉਹ 2 ਕਰੋੜ ਰੁਪਈਆ ਮੇਰੇ ਕੋਲ ਹੁੰਦਾ, ਮੈਂ ਉਹ ਕੁੱਤੇ ਡੈਵਸ ਤੇ ਫੇਰ ਨਾ ਪਰਚਾ ਕਰਾ ਦਿੰਦਾ ਜਿਹੜਾ ਸਾਡੇ ਭਰਾਵਾਂ ਨੂੰ ਮਾਰ ਕੇ ਆਰਾਮ ਨਾਲ ਨਿਕਲ ਗਿਆ। ਉੱਤੋਂ ਸਾਡਾ ਵਜ਼ੀਰ ਕਹੀ ਜਾਂਦਾ, ਫਿਰ ਕੀ ਹੋਇਆ? ਪਾਸਪੋਰਟ ਤੇ ਸਾਡੇ ਕੋਲ ਹੀ ਹੈ ਨਾ। ਉਹ ਬੰਦਾ ਬਾਹਰ ਬੈਠਾ, ਬੰਦਾ ਪੁੱਛੇ ਪਾਸਪੋਰਟ ਅਸੀਂ ਸਿਰ ਚ ਲੈਣਾ? ਯਾਰ ਗੱਲ ਇੱਕ ਮਿੰਟ, ਉਧਰ ਹੀ ਗੱਲਾਂ ਕਰਨੀਆਂ ਪੜਵਈਏ ਨਾ, ਕੋਈ ਗੱਲ ਨਹੀਂ ਕਰਨੀ। ਡਾਲਾ ਤੇ ਇੰਜ ਮੰਗਾਉਣਾ ਜਿਵੇਂ ਭੈਣ ਪੈਪਸੀ ਵਾਲਿਆਂ ਨਾਲ ਫਸੀ ਆ। ਜੇ ਅੱਗੋ ਟੁਰ ਫਿਰ ਰਹੇ ਆ। ਮੇਰੇ ਕਹਿਣ ਦਾ ਮਤਲਬ ਇਹ ਹੈਗਾ ਕਿ ਕੁੜੀ ਨੂੰ ਗੱਲ ਉਹ ਗੱਲ ਗਲਤ ਪਾਸੇ ਲੈ ਜਾਂਦੀ।
ਬੰਦਾ ਵੈਸੇ ਗੱਲ ਕਰ ਰਿਹਾ ਤੇ ਮੈਂ ਉਹਨੂੰ ਦੱਸ ਰਿਹਾ ਸਾਂ ਕਿ ਵੀ ਇਨਸਾਨ ਨੂੰ ਕਦਰ ਕਰਨੀ ਚਾਹੀਦੀ ਇਨਸਾਨ ਦੀ। ਬੰਦਾ ਹੀ ਉਹ ਹੁੰਦਾ ਜਿਹੜਾ ਕਿਸੇ ਦੇ ਕੰਮ ਆਵੇ। ਉਹਦੇ ਮੱਥੇ ਤੇ ਮੱਛਰ ਬੈਠਾ, ਡਾਂਗ ਮਾਰੀ, ਭਰਾ ਵੀ ਮਾਰਤਾ, ਮੱਛਰ ਵੀ ਮਾਰਤਾ। ਮੈਂ ਕਿਹਾ ਕੀ ਕੀਤਾ ਗਿਆ ਭਾ, ਇੱਕ ਉਹਨਾਂ ਦਾ ਮਰ ਗਿਆ, ਇੱਕ ਸਾਡਾ ਮਰ ਗਿਆ। ਬੜਾ ਕਾਰੀਗਰ ਨਿਕਲਿਆ। ਏਡਾ ਵੱਡਾ ਪਾਗਲ ਹੀ ਆ, ਇੱਕ ਕੁੱਕੜੀ ਦੇ ਮਗਰ ਕੁੱਕੜ ਜਾਣ ਲਿਆ। ਕੁੱਕੜ ਨੂੰ ਕਹਿੰਦਾ ਉਹ ਨਹੀਂ ਫੜੀ ਜਾਣੀ। ਉਹ ਕੁੱਕੜ ਇਹਨੂੰ ਵੇਖ ਕੇ ਕਹਿੰਦਾ ਉਹ ਕੰਜਰਾ, ਅੱਜ ਤੱਕ ਤੁਹਾਡੀ ਕੋਈ ਛੱਡੀ ਆ? ਆਪਣੀ ਭੈਣ ਦਾ ਵਿਆਹ ਕੀਤਾ ਤੇ ਸੁਹਾਗ ਰਾਤ ਦਿਨ ਬਾਰੀ ਚੋਂ ਵੇਖ ਰਿਹਾ। ਅੱਛਾ ਮੈਂ ਕੋਈ ਕੀ ਕਰ ਰਿਹਾ? ਕਹਿੰਦਾ ਕੋਈ ਦੇਖੇ ਜਾਂ ਨਾ ਦੇਖੇ, ਸ਼ਬੀਰ ਤੋਂ ਦੇਖੇਗਾ। ਅੱਧੀ ਰਾਤ ਨੂੰ ਇਹਦੀ ਬੇਬੇ ਘਰੋਂ ਗਾਇਬ ਹੋ ਗਈ। ਇਹਨੇ ਬੇਬੇ ਨੂੰ ਆਪਣੀ ਨੂੰ ਫੋਨ ਕੀਤਾ, ਬੇਬੇ ਕਿੱਥੇ? ਉਹ ਕਹਿੰਦੀ ਅੱਜ ਰਾਤ ਕਾਮਰਾਨ ਖਾਨ ਕੇ ਸਾਥ। ਅੱਛਾ ਤੁਸੀਂ ਇਹ ਵੇਖੋ, ਮੇਰੇ ਵਰਗੀ ਕਾਲੀ ਕਾਲੀ ਔਲਾਦ ਹੋਵੇ ਨਾ ਤੇ ਮਾਂ ਪਿਓ ਆਪ ਘਰੋਂ ਕੱਢਣੇ ਹੁੰਦੇ, ਚਲੋ ਬਾਹਰ ਜਾ ਕੇ ਖੇਡਿਆ ਕਰੋ, ਕਦੇ ਸਾਨੂੰ ਵੀ ਐਸ਼ ਕਰਨ ਦਿਆ ਕਰੋ। ਅੱਛਾ ਇਹੋ ਜਿਹੇ ਸੋਹਣੇ ਸੋਹਣੇ ਮੁੰਡੇ ਹੁਣ ਪਿਓ ਡਰਦਾ ਹੀ ਕਹਿਣ ਦਿੰਦਾ, ਓਏ ਧਿਆਨ ਨਾ ਜ਼ਫਰੀ, ਬਾਹਰ ਜਾਈ ਕਿਧਰ ਰਗੜਿਆ ਨਾ ਜਾਈ ਓਏ। ਫੁੱਲ ਸ਼ਰਾਬ ਪੀ ਕੇ ਬੱਸ ਚ ਬੈਠਾ, ਨਾਲ ਮੌਲਵੀ ਸਾਹਿਬ ਕਹਿੰਦੇ ਤੂੰ ਜਹੰਨਮ ਦੇ ਰਸਤੇ ਤੇ ਜਾ ਰਿਹਾ, ਰੌਲਾ ਪਾਉਂਦਾ ਰੋਕੋ ਕੰਜਰੋ, ਮੈਂ ਨਾਰੋਵਾਲ ਜਾਣਾ ਸੀ। ਜਿਹੜਾ ਰੇੜੀ ਤੇ ਬਰਫ ਵਾਲਾ ਗੋਲਾ ਬਣਾਉਂਦਾ ਨਾ, ਇੰਜ ਕਰਕੇ ਵਿੱਚ ਤੀਲਾ ਦੇ ਕੇ ਚੁੱਕ ਕੇ ਜਦੋਂ ਗੋਲੇ ਨੂੰ ਇੰਜ ਕਰਦਾ ਉਹਦੇ ਹੋ ਜਾਂਦੇ ਕਰਦੇ, ਉਹ ਪਾਈਂ ਤੜੀਆਂ ਚਿੱਟਾ ਪੈ ਰਹੀਆਂ ਅੰਨੀ ਦੇ ਪਰੇ ਹੋ ਕੇ ਖਲੋ ਜਾ। ਚਲੋ ਮੇਰੇ ਵਰਗੇ ਤੇ ਇੰਜ ਕਰਦੇ ਨੇ ਤੇ ਇਹੋ ਜਿਹੇ ਖੁਸਰੇ ਰੇੜੀ ਦੇ ਨਾਲ ਹੀ ਤਿਆਰ ਹੋ ਕੇ ਖਲੋਤੇ ਹੁੰਦੇ ਨੇ, ਜਦੋਂ ਗੋਲੇ ਵਾਲਾ ਗੋਲਾ ਬਣਾ ਕੇ ਵਿੱਚ ਤੀਲਾ ਤੁੰਨਦਾ ਨਾ ਉਦੋਂ ਕਰੰਟੇ ਹੁੰਦੇ ਨੇ। ਸਾਡੀ ਗੱਲ ਚ ਕਿੰਨੀ ਕੁ ਸੱਚਾਈ ਹੈ, ਅਸੀਂ ਤੀਲੇ ਨੂੰ ਪੁੱਛ ਲੈਂਦੇ, ਦੱਸੋ ਜੀ ਉਹ ਗੋਲਾ ਜਿਹੜਾ ਮਰਜ਼ੀ ਹੋਵੇ ਮੈਂ ਬਣਨ ਦੀ ਕਰਦਾ। ਹੈ ਵੇਖ ਨਾ ਇਹਦਾ ਰੰਗ ਹੀ ਏਡਾ ਚਿੱਟਾ, ਇਹੋ ਜਿਹੇ ਮੁੰਡੇ ਨਹਾਉਣ ਜਾਣ ਨਾ ਨਹਿਰ ਤੇ, ਜਿਹੜੇ ਪਹਿਲੇ ਨਹਾ ਕੇ ਹਟ ਚੁੱਕੇ ਹੁੰਦੇ ਨੇ ਦੂਰੋਂ ਵੇਖ ਕੇ ਕਹਿਣ ਦਿੰਦੇ ਨੇ ਲਓ ਆ ਗਿਆ ਹੁਣ ਫੇਰ ਨਹਾਉਣਾ ਪੈਣਾ ਜੀ। ਇਹਨੇ ਨਾ ਖਰਬੂਜ਼ੇ ਲਾ ਲਏ, ਉਹ ਸ਼ਾਮ ਤੱਕ ਵਿਕੇ ਨਹੀਂ ਸੁੰਗੜ ਗਏ, ਨਾਲੇ ਉਹਨਾਂ ਨੂੰ ਪਾਣੀ ਲਾਉਂਦੇ ਆ, ਨਾਲੇ ਕਹਿੰਦੇ ਆ ਉਹ ਨਹੀਂ ਵਿਕਣਾ ਨਾ ਵਿਕੋ, ਉਹ ਹੋਸ਼ ਤੇ ਪੜੋ। ਬਹੁਤ ਬਦਤਮੀਜ਼ ਲੋਕ, ਇੱਕ ਬੰਦਾ ਸਿਗਰਟ ਲਾਉਣ ਲੱਗਾ, ਉਹਨੂੰ ਕਹਿੰਦਾ ਭਾਈ ਦੋ ਲਾਣਾ, ਉਹਨੇ ਸਿਗਰਟ ਰੱਖ ਕੇ ਦੋ ਲਾਈਆਂ ਫੜ ਕੇ। ਅੱਛਾ ਇਹੋ ਜਿਹੇ ਸੋਹਣੇ ਮੁੰਡੇ ਨੂੰ ਬੰਦਾ ਕੋਈ ਐਡਰੈਸ ਪੁੱਛਣ ਲਈ ਵੀ ਬੁਲਾਵੇ ਨਾ, ਆਹੋ ਉਹ ਇੱਧਰ ਆ ਕੋ ਕਹਿੰਦਾ ਲੋਕੀ ਕੁਰਬਾਨੀ ਦਿੰਦੇ ਨੇ, ਲੱਖ ਲੱਖ ਦਾ ਬੱਕਰਾ ਲਿਆਉਂਦੇ ਨੇ ਨਾ, ਇਹ ਆਪਣੀ ਔਕਾਤ ਦੇ ਮੁਤਾਬਕ ਮਰਨ ਵਾਲਾ 750 ਦਾ ਬੱਕਰਾ ਲਿਆ। ਅੱਛਾ ਉਹਨੂੰ ਮੋਟੀ ਰੱਸੀ ਪਾ ਕੇ ਖਿੱਚਣ ਡਿਆ ਬੱਕਰਾ ਨੂੰ, ਰਾਜ ਕਹਿੰਦਾ ਉਹ ਕਿੱਥੇ ਕਿ ਜਾਣਾ, ਲਾਨ ਤੇਰੇ ਕੁਰਬਾਨੀ ਦੇਣ ਤੇ 5000 ਜ਼ਿਆਦਾ ਪਾ ਕੇ ਹੋਰ ਲਿਆਉਂਦਾ, ਮੈਂ ਵੀ 4 ਕੁ ਦਿਨ ਕੱਢ ਲੈਂਦਾ ਯਾਰ। ਇਹ ਕਹਿੰਦਾ ਅੱਗੇ ਲੱਗ ਤੇਰੀ ਕੁਰਬਾਨੀ ਦੇਣੀ, ਹੋਰ ਬੱਕਰੇ ਨੂੰ ਹਲਾਲ ਕਰੀਏ, ਉਹਨਾਂ ਦੀ ਰੂਹ ਪ੍ਰਵਾਸ ਕਰਕੇ ਅਰਸ਼ਦ ਜਾਂਦੀ ਕਿ ਸਵਾਬ ਹੋਵੇ, ਇਹਦੇ ਬੱਕਰੇ ਦੀ ਰੂਹ ਨੇ ਚਵਾਰਾ ਨੀ ਟੱਪਿਆ ਫਿਰ ਥੱਲੇ ਅੱਡ ਗਈ। ਭਾਈਜਾਨ ਭਾਈਜਾਨ ਜਿੰਨੀ ਤੁਹਾਡੀ ਗੁਜ਼ਰ ਗਈ ਜਿੰਨੀ ਬਾਕੀ ਆ ਸਾਰੀ ਤੇ ਲਾਨਾ ਦਾ, ਜਿਹੜੀ ਗੁਜ਼ਰੀ ਹੈ ਨਾ ਹਾਂਜੀ ਇਹਨਾਂ ਵੱਲ ਗੁਜ਼ਰੀ ਹੈ ਨਾ, ਇਹਨੂੰ ਪਤਾ ਕੈਸੀ ਗੁਜ਼ਰੀ, ਨਾਲੇ ਮੈਂ ਤੇ ਉਹ ਵੇਖੀ ਨਹੀਂ, ਮੇਰੇ ਆਉਣ ਤੋਂ ਪਹਿਲੇ ਗੁਜ਼ਰ ਗਈ ਜੀ। ਬੜੇ ਬਦਤਮੀਜ਼ ਹੁੰਦੇ ਨੇ ਮੁੰਡੇ, ਬੜੇ ਹੀ ਬਦਤਮੀਜ਼ ਹੁੰਦੇ ਨੇ। ਮੁੰਡੇ ਬਦਤਮੀਜ਼ ਨਹੀਂ ਹੁੰਦੇ, ਮੁੰਡੇ ਇੱਜ਼ਤਦਾਰ ਗੈਰਤਮੰਦ ਹੁੰਦੇ, ਕੁੜੀਆਂ ਬਦਤਮੀਜ਼ ਹੁੰਦੀਆਂ। ਕੁੜੀਆਂ ਸ਼ਰੀਫ ਹੁੰਦੇ ਨੇ, ਮੁੰਡੇ ਬਹੁਤ ਬਦਤਮੀਜ਼ ਹੁੰਦੇ। ਕੁੜੀਆਂ ਬਦਤਮੀਜ਼ ਹੁੰਦੀਆਂ, ਮੁੰਡੇ ਸ਼ਰੀਫ ਹੁੰਦੇ ਨੇ। ਸਾਬਿਤ ਕਰੋ, 5-6 ਕੁੜੀਆਂ ਖਲੋਤੀਆਂ, ਮੁੰਡੇ ਵੇਖਦੇ ਕਹਿੰਦੇ ਸੁਭਾਨ ਅੱਲਾ ਮਾਸ਼ਾਅੱਲਾ ਅੱਲਾ ਨਜ਼ਰੇ ਵੱਧ ਤੋਂ ਬਚਾਏ, ਤੇ ਕੁੜੀਆਂ ਵੇਖਦੇ ਕਹਿੰਦੇ ਕੁੱਤਾ ਬਗੈਰ ਤਕਮੀਨਾ ਰਾਮਦਾ ਦਾ।
ਲੰਮਾ ਗੰਨਾ ਨੀ ਕਮਾ ਦੇ ਦਾ ਨੀ ਲੰਮਾ ਗੰਨਾ ਨੀ ਕਮਾ ਦੇ ਦਾ ਤੈਨੂੰ ਤੇ ਪਤਾ ਏ ਲੰਮਾ ਗੰਨਾ ਨੀ ਕਮਾ ਲੈ ਵੀ ਲੰਮਾ ਗੰਨਾ ਨੀ ਕਮਾ ਦੇ ਦਾ ਲੰਮਾ ਲੰਮਾ ਗੰਨਾ ਨੀ ਲੰਮਾ ਗੰਨਾ ਨੀ ਲੰਮਾ ਉਹ ਭਾਈ ਬਹੁਤਾ ਲੰਮਾ ਤੂੰ ਅੱਧਾ ਚੂਪ ਲਾ ਆ ਤੁਹਾਡੀ متاثر کرنا اردو چ اردو بولنی ہے اردو اچھا ہاں اور سنا ہے کیسی طبیعت ہے میں بالکل ٹھیک ہوں آپ ٹھیک ہیں میں نے سنا آپ کرپٹ ہے اور اردو نو سالیا نہیں آپ نے مطلب دی اردو بنائی ہے اگر میرے ساتھ شادی کرنی ہے نا تو پینٹ کوٹ پہنا کرو سمجھ آئی نا پینٹ کوٹ پہنا کروں ہاں جی تو کہاں سے ملے گا پینٹ کوٹ یہ جو پینٹ کوٹ ہے یہ ہائی کورٹ سے ملتا ہے ہیلو جانا ہے درزی دے کول اچھا وہ تو ملے گا پینٹ کوٹ درزی تیرا ناپ لے گا اچھا اینج کر کے میں تمہارا سائز خود دلواؤں گی درزی کو تینوں تیرا سائز لابی نے ہن تینوں ہی دسنا پینا ہے ادبی شعر سناؤ جی جی جانتا ہوں کہ نہیں ہو سکتی کترینا میری پھر بھی لب پہ آتی ہے دعا بن کے تمنا میں اور تو سنا میں سنا ہاں ادبی جی آج تک ہاں آج تک نگاہیں اس کنجر کو ڈھونڈ رہی ہیں فراز ہاں آج تک نگاہیں اس کنجر کو ڈھونڈ رہی ہیں فراز جس نے کہا تھا لوڈ شیڈنگ 2010 میں ختم ہو جائے گی یار ادبی جی کوئی ادبی آدم نہ ہوندا تے دانا نہ ہوندا آدم نہ ہوندا تے دانا نہ ہوندا سمندری نہ ہوندی رجانا نہ ہوندا چوکی نہ ہوندی تھانہ نہ ہوندا نور جانا ہوندی گانا نہ ہوندا ایدی ماں توری نہ کھاندی ہو جاندی نیانا نہ ہوندا میرا بابی تواڈے اللہ جانا تو بھی ایڈا سیاڑا لا ہوندا میں بھی تواڈے کرو پھڑا نہیں سی وچ لا کے تھانہ نہ ہوندا میں تواڈے لو نکلنا نہیں سی جے میں نانا لا ہوندا میں رکھو گے ہوں وہ گل مننی پینی ہے تیرے برا نے بھی کہا تھا پا جفیاں دلدار وے
ਕਿਤੇ ਅੰਦਰ ਨਿਕਲ ਜਾਈਦਾ ਹੁੰਦਾ ਹੈ। ਬਾਬਾ ਜੀ ਮੈਂ ਤੁਹਾਨੂੰ ਮਿਲਣ ਵਾਸਤੇ ਬੜੀ ਦੂਰੋਂ ਆਈ ਆ ਬਾਬਾ ਜੀ। ਬਾਬਾ ਜੀ ਮੈਂ ਤੁਹਾਡੇ ਕੋਲੋਂ ਮੁੰਡਾ ਲੈ ਕੇ ਜਾਣਾ। ਬਾਬਾ ਜੀ ਮੈਂ ਤੁਹਾਡੇ ਵਾਸਤੇ ਆਈ ਆ। ਉਹ ਲੈਟਾਂ 'ਚ ਵੱਟੇ ਮਾਰ। ਬਾਬਾ ਜੀ ਬਾਬਾ ਜੀ ਮੇਰੀ ਗੱਲ ਸੁਣੋ, ਮੈਂ ਲੈ ਕੇ ਜਾਣਾ ਮੁੰਡਾ, ਮੁੰਡਾ ਲੈ ਕੇ ਜਾਣਾ। ਬਾਬਾ ਜੀ ਮੈਂ ਤੁਹਾਡੀ ਦੂਰ ਦੂਰ ਤੱਕ ਤੁਮਾ ਸੁਣਿਆ ਆ। ਹਾਂ ਜੀ ਹਾਂ ਜੀ ਹਾਂ ਜੀ ਬਾਬਾ ਜੀ। ਹਾਂ ਜੀ ਬਾਬਾ ਜੀ ਮੈਨੂੰ ਦਿਓਗੇ ਨਾ ਮੁੰਡਾ? ਓਏ ਕੁੰਡੀਆਂ ਮਾਰ ਕਿਸੇ ਪਾਸੇ, ਓਏ ਪਰਦਿਆਂ ਨੂੰ ਹੀ ਤਾਲੇ ਲਾ ਦੇ। ਲੇਕਿਨ ਬਾਬਾ ਇਸ ਤਰ੍ਹਾਂ ਨੀ ਮਿਲਦਾ ਚੇਲੇ ਤੋਂ ਬਗੈਰ। ਬਾਬੇ ਨੂੰ ਪਹਿਲੇ ਨਜ਼ਰ ਨਿਆਜ਼ ਚੇਲੇ ਨੂੰ ਦੇਣੀ ਪੈਣੀ। ਮੰਨ ਗਈ ਜੀ ਬਾਬਾ। ਮਾਸ਼ਾਅੱਲਾ ਕਿੰਨੇ ਨੇ? ਬਹਰਹਾਲ ਬਾਬਾ 10,000 ਨਾਲ ਨਹੀਂ ਮਿਲਦਾ, 10 ਸਾਲ ਤੇ ਉਹਨੇ ਚਿੱਲਾ ਕੀਤਾ। ਫੜ ਪੈਸੇ ਤੇ ਜਾ ਮੇਰਾ ਸੋਹਣਾ। ਮੈਂ ਸਗੋਂ ਬਾਬੇ ਨੂੰ ਬੁਲਾਉਣ ਲੱਗਾ ਸੀ। ਤੇਰੇ ਭੈਣ ਪਾ ਬਾਬਾ ਬੁਲਾ। ਬਾਬਾ ਮੈਂ ਬੁਲਾਉਣਾ। ਬਾਬਾ ਬੁਲਾ। ਬਾਬਾ ਜੀ ਬਾਬਾ ਜੀ ਬਾਬਾ ਜੀ ਬਾਬਾ ਜੀ ਮੁੰਡਾ। ਤੇ ਕਾਕਾ ਸਾਡੇ ਤੇ ਪਰਚਾ ਕਰਾਉਣੀ? ਆਰਾਮ ਨਾਲ ਸਬਰ ਨਾਲ
ਬੱਚਾ ਵਿਆਹ ਕਰਨਾ ਚਾਹੁੰਦੀ ਹੈ? ਵਿਆਹ ਕਰਨਾ ਚਾਹੁੰਦੀ ਆ, ਮੇਰਾ ਡ੍ਰੀਮ ਬੁਆਏ ਸੁਣ ਲਓ ਬਾਬਾ ਜੀ। ਮੈਂ ਜਾਣਦਾ ਸਭ ਤੇਰੇ ਬਾਰੇ ਦੇ ਵਿੱਚ। ਕੀ ਤੈਨੂੰ ਸੋਹਣਾ ਮੁੰਡਾ ਚਾਹੀਦਾ, ਪਿਆਰ ਕਰਦੀ ਤੂੰ ਉਹਨੂੰ, ਤੇਰੇ ਮਾਂ ਪਿਓ ਕਿਧਰੇ ਹੋਰ ਦੇ ਵਿਆਹ ਕਰਾਉਣੇ ਜਾਂਦੇ ਨੇ। ਹਾਂ ਬਾਬਾ ਜੀ। ਇਸ ਲਈ ਤੂੰ 4-5 ਦਿਨ ਕਰਾਚੀ ਵੀ ਲਾ ਕੇ ਆਈ ਏ। ਬਾਬੇ ਸਭ ਜਾਣਦੇ ਨੇ, ਨਿਗਾਹ ਵੀ ਤੇਰੇ ਨਾਲ ਸੀ। ਹੈ ਬਾਬਾ ਅਗਲਾ ਪਿਛਲਾ ਸਭ ਜਾਣਦਾ। ਬਾਬਾ ਜੀ ਤੁਸੀਂ ਕਿੱਡੇ ਸੱਚੇ ਹੋ। ਆ ਬਾਬਾ ਜੋ ਕਹਿੰਦਾ ਹੋ ਜਾਂਦਾ ਹੋ ਜਾਂਦਾ। ਉਹ ਠੰਡ ਨਹੀਂ ਦਿਆ ਇਥੇ, ਬਾਬੇ ਦੇ ਪਸੀਨੇ ਨਹੀਂ ਰੁਕਣ ਦਾ। ਬਾਬਾ ਜੋ ਕਹਿੰਦਾ ਹੋ ਜਾਂਦਾ। ਬਾਬਾ ਜੀ ਤੁਹਾਡਾ ਚੋਲਾ ਬੜਾ ਸੋਹਣਾ। ਬਸ ਸਿਰਫ ਚੋਲਾ ਹੀ ਏ। ਹਾਂਜੀ ਆਪਣਾ ਗੱਲ ਏ ਕਾਕੀ। ਬਾਬਾ ਜੀ ਆਈਡੀਆ ਪਸੰਦ ਦਾ ਮੁੰਡਾ ਹੋਣਾ ਚਾਹੀਦਾ ਨਾ। ਆਈਡੀਆ ਆਈਡੀਆ ਦੱਸ। ਆਈਡੀਆ ਜਿਹੜਾ ਮੇਰਾ ਆਈਡੀਆ ਰਹੇਗਾ ਨਾ, ਉਹਦੀ 2 ਫੁੱਟ ਚੌੜੀ ਛਾਤੀ ਹੋਣੀ ਚਾਹੀਦੀ ਹੈ। ਹਾਏ ਬਾਬਿਆਂ ਤੇ ਅੱਖ ਰੱਖ ਲਈ। ਲੇਕਿਨ ਅਸੀਂ ਤੇ ਚਿੰਨਾ ਮੁੰਡਾ ਕਹਿ ਰਹੀ ਏ ਮੁੰਡਾ ਅੰਨੀ ਦੀਆਂ ਮੈਂ ਲੈ ਲਾ 2 ਫੁੱਟ ਚੌੜੀ ਛਾਤੀ ਔਰ ਉਹਦੀ ਐਡੀ ਐਡੀ ਮੋਟੀ ਅੱਖ। ਐਡੀ ਮੋਟੀ ਅੱਖ ਔਰ ਬਾਬਾ ਦਾ ਕੱਦ ਹੋਣਾ ਚਾਹੀਦਾ 6-6 ਫੁੱਟ। ਅੱਜ ਕੱਲ ਹੀ ਚੱਲਦੇ। ਕਿੰਨਾ ਕੱਦ ਹੋਣਾ ਚਾਹੀਦਾ? 7-8 ਫੁੱਟ ਹੋਣਾ ਚਾਹੀਦਾ। 8 ਫੁੱਟ ਕੱਦ ਤੇ ਮੂੰਹ ਨਿਓਲੇ ਵਰਗਾ। ਬਾਬਾ ਜੀ ਪਠਾਨ ਹੋਣਾ ਚਾਹੀਦਾ। ਅੱਛਾ ਤੇ ਪਹਿਲਾ ਪਠਾਨ ਠੀਕ ਨਹੀਂ? ਮਾਫੀ ਚਾਹੁੰਦੇ ਹਾਂ ਬਾਬਾ, ਸਭ ਜਾਣਦਾ ਸਭ ਜਾਣਦਾ ਹੈ। ਕੁੜੀਏ ਬਾਬੇ ਨੇ ਤੇਰੀ ਫਰਿਆਦ ਸੁਣ ਲਈ, ਤੈਨੂੰ ਚਿੱਲਾ ਕਰਨਾ ਪੈਣਾ। ਚਿੱਲਾ ਕੀ ਹੁੰਦਾ ਬਾਬੇ? 2 ਦਿਨ ਬਾਬੇ ਦੇ ਨਾਲ ਅੱਗੇ ਆ, ਨਾਲ ਖਲੋ। ਅੱਛਾ ਜੀ। 2 ਦਿਨ ਬਾਬੇ ਦੇ ਨਾਲ ਅੱਖਾਂ ਬੰਦ ਕਰਕੇ ਤੂੰ ਅੰਦਰ ਕਮਰੇ 'ਚ ਰਹੇਂਗੀ। ਬਾਬਾ ਜੀ ਚਿੱਲਾ ਕਰਨਗੇ। ਜੇ ਤੂੰ ਅੱਖਾਂ ਖੋਲੀਆਂ ਤੇ ਇੱਕ ਸੱਪ ਨਿਕਲੇਗਾ। ਓਏ ਉਹ ਸੱਪ ਤੈਨੂੰ ਵੇਖੇਗਾ, ਤੈਨੂੰ ਕਹੇਗਾ ਹਾਂ ਜੀ ਕਿੱਧਰ ਆਏ ਹੋ। ਜੇ ਤੇਰੀ ਅੱਖਾਂ ਖੋਲੀਆਂ ਤੈਨੂੰ 4 ਡਾਂਗ ਮਾਰੇਗਾ। ਟਮ 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 ਟਮ। ਆ ਬੱਚਾ ਠਹਿਰੋ ਬਾਬਾ ਜੀ, ਸੱਪ ਦੀ ਜਗ੍ਹਾ ਤੇ ਆ ਜੀ। ਸੱਪ ਨਿਕਲਣਾ ਸੀ, ਬਿਮਾਰ ਬੱਕਰੀ ਨਹੀਂ ਸੀ ਨਿਕਲਣੀ। ਤੈਨੂੰ ਮੁੰਡਾ ਚਾਹੀਦਾ। ਮਿਲ ਜਾਏਗਾ, ਲੇਕਿਨ ਬਾਬੇ ਨਾਲ ਹਲਕਾ ਹਲਕਾ ਐਂ ਕਰਦੇ ਅੰਦਰ ਤੋਂ ਜਾਣਾ ਬਜਾਏ।
तेरी खातर मैं जादू सीख लिया। अच्छा, मैं ऐसा जादू करा क्या स्पीकर चो गाने लगन मान जाएगी? मान जाएगी जी। पटादरा चुरला पुरला तेरा सारा उरला पुरला तेरे मुंह ते आग तू आज सुनो। उठे उठे सुती सा कुंडी खड़ की ते उठी सा जादू से क्या डेक चल जांदा है। मैं कंजर। हां तू कंजर है। ते तेरी अम्मी दा मदरसा है, हैं? तुसी की हो? यू आर आल्सो पार्ट ऑफ कंजरिज्म। सालिए सानू आनी असि गल्ला करके अपने पिरावां नू खुश करने आ। अच्छा। सानू नहीं करा आराम ना रहना मेरे ना तेरे मदद तमीज ना तू भी तमीज ना समझ आई है क्यों जंग दा मुसलिया जाननी है तेन चंगी तरह मैं जंग दा मुसली। हां ते और की है तेरा प्यो ते सरगो ते प्रोफेसर है ना शुक्र कर इथे लाहौर ड्रामे कर रही। हां नहीं ते फिर हाय हाय इथे तू गाना करनी है जफी घुट के जे पावे एक बार गुजरा। हां हाय हाय ए तेरी खुशकिस्मती है। अच्छा ए ड्रामा तू कीता हुंदा कराची ओथे गाने लगने सन जप्पी घुट के जे पावे एक बार गुजरा उन्होंने उर्दू ज़बान ने तर्जमे करने सन की एक दफा जोर से दबोच लो गवाले इथे गाना बनया जप्पियां दे पैसे वखरे पप्पियां दे पैसे वखरे। हां उन्होंने इंदा भी उर्दू ज़बान ने तर्जमा कर दिता की
بوسو کنار کا علیحدہ معاوضہ ہوگا، مسافہ کرنے کا علیحدہ۔ یہ تو فلم بڑی ارائی دا کھڑاک، ہاں انہوں نے یہ بھی ترجمہ کر دیتا کی پیاز بیچنے والے کا دھماکہ، ارائیوں کا دھماکہ، کیا بات ہے، بہت اچھے کتے بھائی جان بہ جانتے، بہت اچھے آئے ہائے۔ میں جدو بھی ہے نا میری بڑی ڈسٹربنس ہوں، پتا نہیں میں کاف لیگ نہ رہا یار۔ شکر کر تو صحیح رہ گئی ہیں، کیوں سارے سسٹم تیری وجہ خراب ہوئے نے، کی مطلب چنگے بھلے لوگ بیٹھے ہوندے نے، ہاں جڑا تو آ کے انج نہیں کرنی نا، انج یہ تو ختم کر دے تو سب ٹھیک ہو جائے۔ میں نہیں ختم کر سکتی، یہ جڑا تو انج نہیں کرنی، ہاں ایتھے ہوندی عربیاں دی حکومت تے پھر ایڈی ایڈی تلوار ہونی سن لو کڈیاں کڈیاں، تو انج نہیں کرنا ہی نہ کڑے کھلو تیرے دی یلا۔ اور سنا کوئی گانا ہی سنا؟ نہیں مینوں گانا نہیں آندا۔ گانا نہیں آندا؟ نہیں۔ کیوں کی وجہ؟ میں باتھ روم سنگر ہاں۔ باتھ روم سنگر؟ ہاں تے کدی بلا سانو وی اپنی محفل وچ، او گانے سناواں گا میں وی تینوں شہزادی اے، ہاں بڑا مزہ آئے گا۔ تو سنا کوئی گانا۔ اللہ دا شکر مینوں گانا نہیں آندا۔ چل ٹھیک ہے میں تینوں دوبارہ ملاں گا، ٹھیک ہے تو ایزی ہو جا، اللہ تعالی کرے۔